ਇਹ ਜਿਹੜਾ ਖਰਾਬ ਖਾਣਾ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਸਰਕਾਰ ਦੇ ਵੱਲੋਂ, ਉਸ ਖਾਣੇ ਦੇ ਉੱਪਰ ਜਦੋਂ ਪੰਜਾਬ ਸਰਕਾਰ ਦਾ ਇੱਕ ਇਮਾਨਦਾਰ ਅਫਸਰ ਉਸ ਖਾਣੇ ਦੇ ਉੱਪਰ ਸਵਾਲ ਚੁੱਕਦਾ, ਉਹਦੇ ਖਿਲਾਫ ਜਿਹੜੀ ਰਿਪੋਰਟ ਬਣਾ ਕੇ ਭੇਜਦਾ, ਤਾਂ ਸਰਕਾਰ ਨੇ ਉਹਨੂੰ ਸ਼ਾਬਾਸ਼ ਤਾਂ ਕੀ ਦੇਣੀ ਆ, ਸਗੋਂ ਦੀ ਉਸਨੂੰ ਸਸਪੈਂਡ ਕਰ ਦਿੱਤਾ ਗਿਆ। ਇਹ ਜਿਹੜੀ ਸਸਪੈਂਸ਼ਨ ਮੇਰੀ ਹੋਈ ਹੈ, ਇਹ ਜਿਸ ਦਿਨ ਮੈਂ ਦੋ ਚਿੱਠੀਆਂ ਮੈਂ ਲਿਖੀਆਂ ਸੀਗੀਆਂ ਮਹਿਕਮੇ ਨੂੰ, ਪਹਿਲੀ ਮੈਂ ਜਿਹੜੀ ਉਹ ਲਿਖੀ ਸੀਗੀ ਦਲੀਆ ਨੂੰ ਲੈ ਕੇ, ਕਿ ਜਿਹੜੀ ਐਕਸਪਾਇਰੀ ਡੇਟ ਆ ਉਹ ਬਹੁਤ ਘੱਟ ਆ, ਔਰ ਕੁਝ ਪੈਕਟ ਚਲਾਕੀ ਨਾਲ ਐਕਸਪਾਇਰੀ ਡੇਟ ਘੱਟ ਵਾਲੇ ਪਾ ਦਿੱਤੇ ਗਏ ਨੇ, ਬਾਕੀ 1 ਸਤੰਬਰ ਦੀ ਐਕਸਪਾਇਰੀ ਵਾਲੇ ਨੇ ਕੁਝ ਘੱਟ ਵਾਲੇ ਪਾਏ ਗਏ ਨੇ ਵਿੱਚ। ਦੂਸਰੀ ਚਿੱਠੀ 2 ਦਿਨ ਦੇ ਗੈਪ ਨਾਲ ਮੈਂ ਲਿਖੀ ਸੀਗੀ, ਫਿਰ ਮੈਨੂੰ ਲੱਗਦਾ 25 ਤਰੀਕ ਦੇ ਕਰੀਬ ਮੈਂ ਚਿੱਠੀ ਲਿਖੀ ਸੀ, ਕਿਉਂਕਿ 26 ਨੂੰ ਸਸਪੈਂਸ਼ਨ ਹੁੰਦੀ, 25 ਨੂੰ ਮੇਰੀ ਸੈਕਿੰਡ ਚਿੱਠੀ ਜਾਂਦੀ ਹੈ ਕਿ ਜਿਹੜੀ ਖਿਚੜੀ ਉਹਦੇ 'ਚ ਤਾਂ ਉੱਲੀ ਲੱਗੀ ਹੋਈ। ਵਰਕਰਸ ਦੇ ਇੱਕ ਨੇ ਸਾਨੂੰ ਦੱਸਿਆ ਕਿ ਉਹਦੇ ਜਿਹੜੇ ਦਾਦੀ ਜਿਹੜੇ ਨੇ ਉਹ ਰਾਸ਼ਨ ਲੈਣ ਆਏ, ਔਰ ਉਹ ਰਾਸ਼ਨ ਪੈਕਟ ਰਾਸ਼ਨ ਦਾ ਲੈ ਕੇ ਘਰ, ਉਹਨਾਂ ਨੇ ਖੋਲਿਆ ਹੋਏਗਾ, ਖਰਾਬ ਨਿਕਲਿਆ ਰਾਸ਼ਨ, ਉਹ ਵਾਪਸ ਲੈ ਕੇ ਆ ਗਏ, ਕਹਿੰਦੇ ਤੁਸੀਂ ਮੇਰੇ ਪੋਤੇ ਨੂੰ ਪੋਤੀ ਨੂੰ ਜੋ ਵੀ ਉਹਨਾਂ ਦਾ ਬੱਚਾ ਸੀ ਤੁਸੀਂ ਜਾਨ ਲੈਣੀ ਹੈ। ਉਹ ਵਰਕਰ ਰੋ ਕੇ ਗਈ ਹੈ ਮੇਰੇ ਕੋਲ ਆ ਕੇ, ਤੁਸੀਂ ਆਂਗਨਵਾੜੀ ਵਰਕਰਾਂ ਦੇ ਹੱਥਾਂ ਰਾਹੀਂ ਜ਼ਹਿਰ ਦੇ ਰਹੇ ਆ ਪ੍ਰੈਗਨੈਂਟ ਔਰਤਾਂ ਨੂੰ, ਉਹਨਾਂ ਦੀਆਂ ਛਾਤੀਆਂ ਦੇ ਵਿੱਚ ਜ਼ਹਿਰ ਪਾ ਰਹੇ ਆ ਕਿ ਉਹ ਜ਼ਹਿਰ ਦੁੱਧ ਰਾਹੀਂ ਉਹਨਾਂ ਦੇ ਬੱਚਿਆਂ ਨੂੰ ਚਲਿਆ ਜਾਵੇ। ਇਹ ਤੁਹਾਡਾ ਯੋਗਦਾਨ ਆ ਤੁਹਾਡੇ ਮਹਿਕਮੇ ਦਾ। ਅਗਲੇ ਦਿਨ ਮੈਨੂੰ ਉਸੇ ਫਰਮ ਦੇ ਇੱਕ ਨੁਮਾਇੰਦੇ ਦਾ ਫੋਨ ਆਉਂਦਾ ਹੈ, ਪ੍ਰਕਾਸ਼ ਮਸਾਲੇ ਨਾਮ ਦੀ ਜਿਹੜੀ ਫਰਮ ਆ, ਕਿ ਤੁਸੀਂ ਸਾਡੀ ਕੰਪਲੇਂਟ ਕਿਉਂ ਕੀਤੀ ਆ, ਅਸੀਂ ਤੁਹਾਡਾ ਰਾਸ਼ਨ ਬਦਲਵਾ ਦਿੰਦੇ ਹਾਂ। ਮੈਂ ਕਿਹਾ ਤੁਸੀਂ ਬਦਲਵਾ ਦੋਗੇ ਤਾਂ ਨੈਚੁਰਲੀ ਕੰਪਲੇਂਟ ਆਪਣੇ ਆਪ ਹੀ ਗਰੋਥ ਹੋ ਜਾਏਗੀ, ਮੈਂ ਤਾਂ ਆਪਣੇ ਮਹਿਕਮੇ ਦੇ ਅਫਸਰਾਂ ਨੂੰ ਦੱਸੂਗਾ ਹੀ ਨਾ ਕਿ ਜਿਹੜੀ ਉੱਲੀ ਲੱਗੀ ਹੋਈ ਹੈ ਪ੍ਰੈਗਨੈਂਟ ਔਰਤਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਰਾਸ਼ਨ ਜਾ ਰਿਹਾ। ਜਿਹੜੀ ਉੱਲੀ ਹੈ ਫੰਗਸ ਆ, ਉਹ ਬੇਸਿਕਲੀ ਇੱਕ ਜ਼ਹਿਰ ਆ, ਲੱਕੜ ਤੇ ਫੰਗਸ ਹੁੰਦੀ ਆ, ਬਾਰਿਸ਼ ਦੇ ਦਿਨਾਂ 'ਚ ਖਾ ਲੋਗੇ ਤਾਂ ਬੰਦੇ ਦੀ ਡੈਥ ਹੋ ਸਕਦੀ ਹੈ। ਜ਼ਹਿਰ ਭੇਜੋਗੇ ਮੇਰੇ ਆਂਗਨਵਾੜੀ ਸੈਂਟਰ 'ਚ, ਮੇਰੇ ਹੱਥਾਂ ਨਹੀਂ ਜ਼ਹਿਰ ਜਾਊਗਾ ਬੱਚਿਆਂ ਨੂੰ, ਪ੍ਰੈਗਨੈਂਟ ਔਰਤਾਂ ਨੂੰ, ਤਾਂ ਮੈਂ ਤਾਂ ਮਹਿਕਮੇ ਨੂੰ ਦੱਸੂਗਾ ਹੀ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਦਲਵਾ ਦਾਂਗੇ। ਮੈਂ ਕਿਹਾ ਠੀਕ ਹੈ। ਔਰ ਜਦੋਂ ਉਹਨਾਂ ਦੀ 2-3 ਕੁ ਵਜੇ ਦੇ ਕਰੀਬ ਕਾਲ ਆਈ, ਔਰ 2 ਕੁ ਘੰਟੇ ਬਾਅਦ ਹੀ ਮੇਰੀ ਸਸਪੈਂਸ਼ਨ ਜਿਹੜੀ ਉਹ ਹੈੱਡ ਆਫਿਸ ਤੋਂ ਆ ਗਈ ਸੀ, ਮੈਂ ਤਾਂ ਮਹਿਕਮੇ ਨੂੰ ਚਿੱਠੀਆਂ 2 ਲਿਖੀਆਂ ਹੋਈਆਂ ਸੀਗੀਆਂ ਕਿ ਜਿਹੜਾ ਰਾਸ਼ਨ ਹੈ ਚੰਗਾ ਨਹੀਂ ਹੈਗਾ, ਇਹਨੂੰ ਉੱਲੀ ਲੱਗੀ ਹੋਈ ਆ। ਜਿੱਦਾਂ ਮੈਂ ਚਿੱਠੀ ਲਿਖਦਾ, ਅਗਲੇ ਦਿਨ ਮੈਨੂੰ ਉਹ ਫਰਮ ਦਾ ਫੋਨ ਆਉਂਦਾ, ਔਰ ਉਸੇ ਦਿਨ ਹੀ ਸ਼ਾਮ ਨੂੰ ਮੇਰੀ ਸਸਪੈਂਸ਼ਨ ਨਿਕਲ ਜਾਂਦੀ। ਇਹ ਚੱਲ ਕੀ ਰਿਹਾ ਜੀ, ਪੰਜਾਬ ਦੇ ਵਿੱਚ ਬੈਠੀ ਅਫਸਰਸ਼ਾਹੀ ਜਿਹੜੀ ਆਪਣੀਆਂ ਮਨਮਰਜ਼ੀਆਂ ਕਰੀ ਜਾ ਰਹੀ ਹੈ, ਖਰਾਬ ਖਾਣਾ ਲੋਕਾਂ ਦੇ ਬੱਚਿਆਂ ਨੂੰ, ਗਰਭਵਤੀ ਔਰਤਾਂ ਨੂੰ ਜਿਹੜੀ ਆ ਉਹ ਪਰੋਸੀ ਜਾਂਦੀ ਹੈ, ਤੇ ਜਿਹੜੇ ਲੋਕ ਇਸ ਦੇ ਖਿਲਾਫ ਆਵਾਜ਼ ਚੱਕਦੇ ਨੇ ਤੁਹਾਡੇ ਵਰਗੇ ਅਫਸਰ, ਉਹਨਾਂ ਨੂੰ ਉੱਪਰਲੇ ਅਫਸਰ ਸਸਪੈਂਡ ਕਰਾਈ ਜਾਂਦੇ ਆ, ਤੇ ਫਿਰ ਸਰਕਾਰ ਦਾ ਕੰਟਰੋਲ ਕਿੱਥੇ ਹੈ? ਮੰਤਰੀ ਦਾ ਮਹਿਕਮੇ ਦੇ ਉੱਪਰ ਕੰਟਰੋਲ ਜਿਹੜਾ ਉਹ ਕਿੱਥੇ ਹੈਗਾ? ਹੁਣ ਇਹ ਤੁਹਾਡੀ ਸਸਪੈਂਸ਼ਨ ਤੁਹਾਨੂੰ ਕੀ ਲੱਗਦਾ, ਇਹਨਾਂ ਨੇ ਆਪਣੇ ਤੌਰ 'ਤੇ ਕਰਤੀ ਜਾਂ ਫਿਰ ਮੰਤਰੀ ਦੀ ਵੀ ਰਾਏ ਲਈ ਹੋਣੀ ਹੈ ਇਸ ਸਮੇਂ ਤੁਹਾਡੀ ਸਸਪੈਂਸ਼ਨ ਦੇ ਵਿੱਚ? ਮੰਤਰੀ ਦੀ ਰਾਏ ਤੋਂ ਬਿਨਾਂ ਸਸਪੈਂਸ਼ਨ ਨਹੀਂ ਹੋ ਸਕਦੀ। ਜਿਹੜੇ ਸਾਡੇ ਸਪੈਸ਼ਲ ਚੀਫ ਸੈਕਟਰੀ ਮੈਮ ਨੇ, ਰਾਜੇਸ਼ ਸ਼੍ਰੀਵਾਸਤਵ ਜੀ, ਉਹ ਤਾਂ ਸਿਰਫ ਸਿਗਨੇਚਰ ਕਰਦੇ ਆ ਨਾ। ਫਿਰ ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ MP, ਪੰਜਾਬ ਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਗਾਂਧੀ ਇੰਨੇ ਵੱਡੇ ਪੱਧਰ ਤੇ ਇਸ ਮਸਲੇ ਦੀ ਜਾਂਚ ਦੀ ਮੰਗ ਕਰਦੇ, ਹੁਣ CBI ਜਾਂਚ ਤੱਕ ਦੀ ਇਸ ਮਸਲੇ ਦੀ ਮੰਗ ਉੱਠ ਗਈ ਹੋਵੇ, ਤੇ ਤੁਹਾਡੇ ਮਹਿਕਮੇ ਦਾ ਆਪਣਾ ਅਫਸਰ ਤੁਹਾਨੂੰ ਇਹ ਗੱਲ ਕਹਿ ਰਿਹਾ ਹੋਵੇ ਕਿ ਖਾਣਾ ਮਾੜਾ ਹੈਗਾ, ਤਾਂ ਫਿਰ ਤਾਂ ਤੁਹਾਨੂੰ ਮੰਤਰੀ ਨੂੰ ਸੱਦ ਕੇ ਤੁਹਾਨੂੰ ਮਿਲਣਾ ਚਾਹੀਦਾ ਸੀ, ਫਿਰ ਸਸਪੈਂਸ਼ਨ ਕਰਵਾਉਣ ਦੀ ਕੀ ਲੋੜ ਪੈ ਗਈ? ਨਹੀਂ ਨਹੀਂ, ਸਾਨੂੰ ਤਾਂ ਉਹ ਟਾਈਮ ਤੱਕ ਨਹੀਂ ਦੇਣਗੇ ਮਿਲਣ ਲਈ, ਸਾਨੂੰ ਮੰਤਰੀ ਤੋਂ ਕੋਈ ਆਸ ਹੀ ਨਹੀਂ ਅੱਜ। ਸਾਡੇ ਨਾਲ ਜਦੋਂ ਵੀ ਉਹ ਮੀਟਿੰਗ ਕਰਦੇ, ਉਹ ਸਿਰਫ ਆਪਣੀਆਂ ਗੱਲਾਂ ਬੋਲ ਕੇ ਚਲੇ ਜਾਂਦੇ, ਸਾਨੂੰ ਤਾਂ ਬੋਲਣ ਦਾ ਟਾਈਮ ਨਹੀਂ ਦਿੰਦੇ ਮੀਟਿੰਗ ਦੇ ਵਿੱਚ ਕਿ ਤੁਸੀਂ ਕੀ ਚੀਜ਼ ਬੋਲਣੀ ਚਾਹੁੰਦੇ। ਇੱਕ ਵਾਰ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਸੀਗੀ, ਅਸੀਂ ਆਪਣੇ ਡਿਪਾਰਟਮੈਂਟ ਦੇ ਸਾਰੇ ਇਸ਼ੂਜ਼ ਉਹਨਾਂ ਦੇ ਧਿਆਨ 'ਚ ਲਿਆਉਂਦੇ ਸੀਗੇ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇੱਕ ਵਾਰ ਅਸੀਂ ਆਨਰੇਬਲ ਮਿਨਿਸਟਰ ਨੂੰ ਦੱਸ ਦਈਏ, ਪਰ ਉਸ ਤੋਂ ਬਾਅਦ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ, ਮੰਤਰੀ ਦੇ ਧਿਆਨ 'ਚ ਆਉਣ ਤੋਂ ਬਾਅਦ ਵਿੱਚ ਵੀ ਕੋਈ ਸੁਧਾਰ। ਪ੍ਰਮੋਸ਼ਨ ਨੇ 23 ਦੇ ਵਿੱਚੋਂ ਸਿਰਫ 4 ਜਿਹੜੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ, ਸਾਡੇ ਮਹਿਕਮੇ 'ਚ ਜ਼ਿਲ੍ਹੇ ਪੱਧਰ ਦੀ ਸਾਮੀ ਨੂੰ DPO ਬੋਲਿਆ ਜਾਂਦਾ, ਡਿਸਟ੍ਰਿਕਟ ਪ੍ਰੋਗਰਾਮ ਆਫਿਸਰ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ 19 ਜ਼ਿਲ੍ਹਿਆਂ ਦੇ ਵਿੱਚ ਨਕਲੀ ਬੰਦਿਆਂ ਨੂੰ ਚਾਰਜ ਦਿੱਤੇ ਗਏ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਅਸਾਮੀ ਦੇ, ਜਿਨ੍ਹਾਂ ਦਾ ਪ੍ਰਮੋਸ਼ਨ ਬਣਦਾ ਜਿਹੜੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦਾ, ਉਹ ਵਿਚਾਰੇ ਰਿਟਾਇਰ ਹੋ ਗਏ ਪ੍ਰਮੋਸ਼ਨ ਦਾ ਇੰਤਜ਼ਾਰ ਕਰਦੇ ਕਰਦੇ।
ਉਹਨਾਂ ਦਾ ਪ੍ਰਮੋਸ਼ਨ ਨਹੀਂ ਕੀਤਾ ਜਿਹੜੇ 2018 ਦੇ ਵਿੱਚ ਨੌਕਰੀ 'ਚ ਆਏ ਨੇ, ਜਿਨ੍ਹਾਂ ਨੇ ਸੀ ਡੀ ਪੀ ਓ ਦੀ ਅਸਾਮੀ ਦਾ ਪਰਖ ਕਾਲ ਪੂਰਾ ਨਹੀਂ ਸੀ ਕੀਤਾ, ਜਿਨ੍ਹਾਂ ਨੇ ਹਲੇ ਇਹ ਵੀ ਨਹੀਂ ਸੀ ਦੱਸਿਆ ਕਿ ਬਤੌਰ ਸੀ ਡੀ ਪੀ ਓ ਉਹ ਕਾਬਿਲ ਹੈ ਵੀ ਨੇ ਕਿ ਨਹੀਂ ਹੈਗੇ, ਉਹਨਾਂ ਨੂੰ ਉਤਲੀ ਜ਼ਿਲ੍ਹੇ ਲੈਵਲ ਦੀ ਅਸਾਮੀ ਦਾ ਚਾਰਜ ਦਿੱਤਾ ਗਿਆ, ਔਰ ਕੁਝ ਬੰਦਿਆਂ ਨੂੰ ਤਾਂ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਚਾਰਜ ਇਕੱਠੇ ਵੀ ਦੇ ਦਿੱਤੇ ਗਏ ਇੱਕ ਸਮੇਂ, ਪ੍ਰਮੋਸ਼ਨ ਨਹੀਂ ਕੀਤੇ ਜਾ ਰਹੇ ਕਦੇ ਵੀ। ਜਿਹੜਾ ਪ੍ਰਮੋਸ਼ਨ ਦੀ ਗੱਲ ਕਰਦਾ ਉਹਨੂੰ ਚਾਰ ਸ਼ੀਟਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਤੁਹਾਨੂੰ ਚਾਰ ਸ਼ੀਟ ਕਰਾ ਦਾਂਗੇ। ਅਸੀਂ ਸਾਰਿਆਂ ਨੇ ਵੀਡੀਓਜ਼ ਦੇਖੀਆਂ ਨੇ ਪੰਜਾਬ ਦੇ ਹਰ ਜ਼ਿਲ੍ਹੇ 'ਚੋਂ ਵੀਡੀਓਜ਼ ਆ ਰਹੀਆਂ, ਔਰ ਇਹ ਤਾਂ ਉਹ ਵੀਡੀਓਜ਼ ਨੇ ਜਿਹੜੀਆਂ ਆਈਆਂ ਨੇ, ਕਈ ਜਗ੍ਹਾ 'ਤੇ ਤਾਂ ਵੀਡੀਓਜ਼ ਰਿਕਾਰਡ ਨਹੀਂ ਹੁੰਦੀਆਂ, ਕਈ ਜਗ੍ਹਾ 'ਤੇ ਤਾਂ ਸੀ ਡੀ ਪੀ ਓ ਦੇ ਵੱਲੋਂ ਜਾਂ ਸੁਪਰਵਾਈਜ਼ਰ ਦੇ ਵੱਲੋਂ ਕਹਿ ਦਿੱਤਾ ਜਾਂਦਾ ਵੀ ਚੁੱਪ ਕਰਕੇ ਇਹਨੂੰ ਇੱਧਰ ਦਫਨਾ, ਤੁਸੀਂ ਦੂਏ ਰਾਸ਼ਨ ਨੂੰ ਬਾਹਰ ਨਹੀਂ ਗੱਲ ਜਾਣੀ ਚਾਹੀਦੀ। ਅੱਜ ਕਿਸੇ ਵੀ ਜਗ੍ਹਾ ਰਾਸ਼ਨ ਠੀਕ ਨਹੀਂ ਆ ਰਿਹਾ, ਠੀਕ ਹੈ ਜੇ 10 ਦੇ ਵਿੱਚੋਂ 4 ਬੋਰੀਆਂ ਚੰਗੀਆਂ, 5 ਨੇ ਤਾਂ 2 ਉੱਦਾਂ ਦੀਆਂ ਜਿਨ੍ਹਾਂ 'ਚੋਂ ਸਮੈਲ ਆ ਰਹੀ ਹੁੰਦੀ ਆ, 2 ਉਵੇਂ ਦੀਆਂ ਜਿਨ੍ਹਾਂ 'ਚੋਂ ਉਲੀ ਲੱਗੀ ਨਿਕਲਦੀ ਹੈ, ਜ਼ਹਿਰ ਨਿਕਲਦਾ, ਉਲੀ ਤਾਂ ਜ਼ਹਿਰ ਹੁੰਦੀ ਆ, ਸਾਇੰਸ ਪੜ੍ਹ ਕੇ ਦੇਖੋ 8ਵੀਂ 9ਵੀਂ ਕਲਾਸ ਦੀ, ਫੰਗਸ ਇਜ਼ ਅ ਪੋਇਜ਼ਨ, ਅਸੀਂ ਆਪਣੇ ਬੱਚਿਆਂ ਨੂੰ ਪੋਇਜ਼ਨ ਦੇ ਰਹੇ ਹਾਂ, ਜ਼ਹਿਰ ਦੇ ਰਹੇ, ਔਰ ਅਸੀਂ ਰਿਪੋਰਟਾਂ ਕੀ ਭੇਜ ਰਹੇ ਹਾਂ ਕਿ ਮੈਂ ਚੈਕਿੰਗ ਕੀਤੀ ਔਰ ਰਾਸ਼ਨ ਬਹੁਤ ਵਧੀਆ ਨਿਕਲਿਆ। ਜਾਂ ਤਾਂ ਫਿਰ ਮੰਤਰੀ ਮੈਮ, ਸੈਕਟਰੀ ਮੈਮ ਆਪਣੇ ਪੋਤੇ ਪੋਤੀਆਂ ਨੂੰ ਭੇਜ ਦੇਣ ਨਾ ਉੱਥੇ, ਮੈਂ ਤਾਂ ਕਹਿੰਦਾ ਮੇਰੇ ਭੇਜਣ ਰਈਆ ਬਲੋਕਸ ਭੇਜਣ, ਮੰਤਰੀ ਮੈਮ ਆਪਣੇ ਪੋਤੇ ਨੂੰ ਪੋਤੀ ਨੂੰ ਭੇਜਣ, ਠੀਕ ਹੈ ਰੱਬ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੇ, ਬਟ ਮੈਂ ਸੰਦਰਭ, ਇੱਕ ਸੰਦਰਭ ਦੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੈਂ ਕਿਸ ਸੰਦਰਭ 'ਚ ਗੱਲ ਕਰ ਰਿਹਾ। ਜੀ ਜੀ, ਕਿ ਆਪਣੇ ਪੋਤੇ ਪੋਤੀਆਂ ਨੂੰ ਭੇਜ ਦੇਣ ਮੇਰੇ ਬਲੋਕ, ਮੈਂ ਉੱਲੀ ਵਾਲਾ ਰਾਸ਼ਨ ਉਹਨਾਂ ਦੇ ਅੱਗੇ ਰੱਖ ਦਿੰਦਾ, ਉਹ ਖਾ ਕੇ ਦੱਸ ਦਿੰਦਾ, ਤੁਹਾਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ ਹੈ, ਮੈਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ, ਮੇਰੇ ਕੋਲ ਪੈਕਟਸ ਨੇ, ਮੇਰੇ ਕੋਲ ਸਬੂਤ ਨੇ। ਤੁਹਾਡੇ ਕੋਲ ਸਾਰੇ ਸਬੂਤ ਜਾਨੀ ਤੁਸੀਂ ਰੱਖੇ ਹੋਏ ਆ, ਤੁਹਾਡੇ ਕੋਲ ਉਹ ਖਾਣਾ ਜਿਹੜਾ ਖਰਾਬ ਖਾਣਾ ਉਹ ਸਬੂਤ ਦੇ ਤੌਰ ਤੇ ਤੁਸੀਂ ਰੱਖਿਆ ਹੋਇਆ ਆਪਣੇ ਕੋਲੇ, ਰੱਖਿਆ ਹੋਇਆ ਮੇਰੇ ਕੋਲ ਸਾਰੇ ਸਬੂਤ ਪਏ ਨੇ, ਮੇਰੇ ਕੋਲ ਵਰਕਰਸ ਦੀਆਂ ਸਟੇਟਮੈਂਟਸ ਨੇ, ਮੇਰੇ ਕੋਲ ਫੋਟੋਜ਼ ਨੇ, ਵੀਡੀਓਜ਼ ਨੇ, ਮੇਰੇ ਕੋਲ ਪ੍ਰੂਫ ਨੇ, ਮੇਰੇ ਕੋਲ ਸਭ ਕੁਝ ਆ। ਉਲੀ ਲੱਗੀ ਆ, ਅਸੀਂ ਕਮਰੇ 'ਚੋਂ ਪੈਕਟ ਜਦੋਂ ਖੁੱਲਿਆ ਸਮੈਲ ਨਹੀਂ ਆ ਰਹੀ ਸੀ ਕਿ ਜਾਂ ਉੱਥੇ ਪੈਕਟ ਰਹਿੰਦਾ ਤਾਂ ਜਾਂ ਉੱਥੇ ਮੈਂ ਬੈਠਦਾ। ਤੇ ਫਿਰ ਜਿਹੜੇ ਸਸਪੈਂਡ ਕਰਨ ਵਾਲੇ ਆ ਉਹਨਾਂ ਕੋਲੇ ਸਬੂਤ ਤੁਹਾਡੇ ਕੋਲੇ ਆ, ਤੇ ਜਿਹੜੇ ਸਸਪੈਂਡ ਕਰਨ ਵਾਲੇ ਉਹਨਾਂ ਦੇ ਕੋਲੇ ਕੀ ਗਾਂਧੀ? ਸੀਐਮ ਸਾਹਿਬ ਨੂੰ ਮੈਂ ਡਾਇਰੈਕਟਲੀ ਅਪੀਲ ਕਰੂੰਗਾ ਕਿ ਤੁਸੀਂ ਆਪਣੇ ਸਾਰੇ ਕੈਬਨਿਟ ਮਿਨਿਸਟਰ ਦਾ ਇੱਕ ਵਾਰ ਪਰਫਾਰਮੈਂਸ ਅਪਰੇਜ਼ਲ ਕਰੋ ਕਿ ਇਹਨਾਂ ਦੀ ਡਿਲੀਵਰੀ ਕੀ ਆ, ਕੀ ਡਿਲੀਵਰ ਕੀਤਾ ਇਹਨਾਂ ਨੇ ਅੱਜ ਤੱਕ, ਨਹੀਂ ਤਾਂ ਇਹਨਾਂ ਨੂੰ ਬਦਲੋ। ਤੁਹਾਡੇ ਕੋਲ ਆਪਸ਼ਨ ਆ, ਯੂ ਹੈਵ 92 MLAs ਯਾਰ, ਤੁਹਾਡੇ ਕੋਲ 92 ਦੀ ਆਪਸ਼ਨ ਆ, ਤੁਹਾਨੂੰ ਕੋਈ ਕਾਬਿਲ ਬੰਦੇ ਨਹੀਂ ਮਿਲ ਰਹੇ ਵਿੱਚੋਂ, ਜੇ ਨਹੀਂ ਕੰਮ ਕਰ ਰਹੇ ਚੇਂਜ ਕਰ ਦਿਓ ਇਹਨਾਂ ਨੂੰ ਤੁਸੀਂ। ਰਹੀ ਇਹ ਮੇਰੀ ਅਪੀਲ ਸਰਕਾਰ ਨੂੰ ਹੈ, ਮੇਰੇ ਕੋਲ ਰਾਹ ਇਹ ਹੈਗਾ ਹੈ ਕਿ ਮੈਂ ਬਿਲਕੁਲ ਵੀ ਪਰਵਾਹ ਨਹੀਂ ਕਰਨ ਵਾਲਾ, ਮੈਂ ਸ਼ਹੀਦ ਮੇਜਰ ਹਰਪਾਲ ਸਿੰਘ ਦਾ ਮੁੰਡਾ ਹੈ, ਮੇਰੇ ਫਾਦਰ ਸਾਹਿਬ ਮੇਜਰ ਸੀਗੇ, ਉਹਨਾਂ ਨੇ ਕੁਰਬਾਨੀ ਦਿੱਤੀ ਹੈ ਇਸ ਦੇਸ਼ ਲਈ ਆਪਣੀ, ਮੈਂ 11 ਸਾਲ ਦਾ ਸੀਗਾ, ਔਰ ਜਦੋਂ ਉਹਨਾਂ ਦਾ ਸਰੀਰ ਮੇਰੇ ਘਰ ਆਇਆ ਤਾਂ ਉਹਨਾਂ ਦੇ ਉੱਪਰ ਸਿਰ ਧੜ ਜਿਹੜਾ ਉਹ ਨਹੀਂ ਸੀ ਹੈਗਾ, ਕਿਉਂਕਿ M16 ਨਾਮ ਦਾ ਇੱਕ ਲੈਂਡ ਮਾਈਨ ਹੁੰਦਾ ਆ ਜਿਹਦੇ ਧਮਾਕੇ 'ਚੋਂ ਸ਼ਹੀਦ ਹੋ ਗਏ ਸੀਗੇ। ਤੋ ਮੈਂ ਅੱਜ 32 ਸਾਲ ਦਾ ਹਾਂ, ਜੇ ਮੈਂ 11 ਸਾਲ ਦੀ ਉਮਰ 'ਚ ਆਪਣੇ ਬਾਪ ਦੀ ਬਿਨਾਂ ਸਿਰ ਦੀ ਲਾਸ਼ ਦੇ ਕੋਲ ਬਹਿ ਸਕਦਾ ਹਾਂ, ਤਾਂ ਮੈਨੂੰ ਲੱਗਦਾ 32 ਸਾਲ ਦੀ ਉਮਰ 'ਚ ਮੈਂ ਮੰਤਰੀ ਕੀ, ਸੈਕਟਰੀ ਕੀ, ਡਾਇਰੈਕਟਰ ਕੀ ਹੈ, ਮੈਂ ਆਟਾ ਫਿਰ ਲਾ ਸਕਦਾ ਹਾਂ, ਮੈਂ ਇਹਨਾਂ ਦੇ ਅੱਗੇ ਝੁਕਣ ਵਾਲਾ ਨਹੀਂ ਹੈਗਾ। ਇਹਨਾਂ ਨੂੰ ਲੱਗਦਾ ਸੀਗਾ ਵੀ ਸਸਪੈਂਡ ਕਰਕੇ ਚੁੱਪ ਕਰਾ ਲੈਣਗੇ, ਬਟ ਨਹੀਂ, ਚੁੱਪ ਨਹੀਂ ਕਰਾ ਪਾਉਂਗੇ। ਇਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੇ ਕਾਂ ਮਾਰ ਕੇ ਟੰਗਿਆ ਆ, ਬਟ ਨਹੀਂ, ਇਹਨਾਂ ਨੇ ਸ਼ੇਰ ਦੀ ਪੂਛ ਤੇ ਪੈਰ ਰੱਖਤਾ ਸੀ। ਕਿ ਪੰਜਾਬੀ ਇਹੋ ਜਿਹੇ ਇਮਾਨਦਾਰ ਬੰਦੇ ਦੇ ਨਾਲ ਖੜਨ, ਕਿਉਂਕਿ ਇਹਨਾਂ ਦਾ ਆਪਣਾ ਮਸਲਾ ਨਹੀਂ, ਇਹਨਾਂ ਨੇ ਲੋਕਾਂ ਦੇ ਬੱਚਿਆਂ ਦੀ ਲੜਾਈ ਲੜੀ ਹੈ, ਲੋਕਾਂ ਦੇ ਪਰਿਵਾਰਾਂ ਦੀ ਲੜਾਈ ਲੜੀ ਹੈ। ਜੇ ਇੱਕ ਖਰਾਬ ਰਾਸ਼ਨ ਖਾ ਲੈਂਦੇ ਤਾਂ ਪਤਾ ਨਹੀਂ ਕਿਹਦਾ ਕਿਹਦਾ ਨੁਕਸਾਨ ਹੋਣਾ ਸੀ। ਔਰ ਕਾਲੀਆਂ ਭੇਡਾਂ ਨੂੰ ਫੜਨ ਦੇ ਵਿੱਚ ਵੀ ਪੰਜਾਬ ਦੇ ਲੋਕ ਸਹਿਯੋਗ ਦੇਣ, ਵਿਰੋਧੀ ਧਿਰਾਂ ਵੀ ਸਹਿਯੋਗ ਦੇਣ, ਵਿਰੋਧੀ ਧਿਰ ਦੇ ਲੀਡਰ ਵੀ ਇਸ ਇਮਾਨਦਾਰ ਅਫਸਰ ਦਾ ਸਾਥ ਦੇਣ, ਔਰ ਉਹਨਾਂ ਨੂੰ ਕਾਲੀਆਂ ਭੇਡਾਂ ਨੂੰ ਫੜਾਉਣ ਦੇ ਵਿੱਚ ਵੀ ਜਿਹੜਾ ਉਹ ਯੋਗਦਾਨ ਵਰਤਣ। ਪਿਛਲੇ ਕਈ ਦਿਨਾਂ ਤੋਂ ਇੱਕ ਅਹਿਮ ਮਸਲਾ ਬੜਾ ਜ਼ਿਆਦਾ ਪੰਜਾਬ ਦੇ ਅੰਦਰ ਭਖਿਆ ਹੋਇਆ ਕਿ ਆਂਗਣਵਾੜੀ ਦੇ ਅੰਦਰ ਖਰਾਬ ਖਾਣਾ ਸਪਲਾਈ ਹੋ ਰਿਹਾ, ਔਰ ਉੱਥੇ ਰਾਸ਼ਨ ਜਿਹੜਾ ਉਹ ਖਰਾਬ ਹੈ, ਔਰ ਪੰਜੀਰੀ ਜਿਹੜੀ ਹੈ ਉਹ ਖਰਾਬ ਕੁਆਲਿਟੀ ਦੀ ਜਾ ਰਹੀ ਹੈ, ਔਰ ਸਵਾਲ ਉੱਠ ਰਹੇ ਨੇ ਕਿ ਉਹ ਜਿਹੜਾ ਖਾਣਾ ਜਦੋਂ ਬੱਚੇ ਖਾਂਦੇ ਨੇ ਤਾਂ ਜੇ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਊਗਾ, ਔਰ ਉਹ ਪੰਜੀਰੀ ਜਿਹੜੀਆਂ ਗਰਭਵਤੀ ਔਰਤਾਂ ਜਿਹੜੀਆਂ ਖਾਂਦੀਆਂ ਨੇ, ਅਤੇ ਜੇ ਉਹ ਉਹਨਾਂ ਦਾ ਕੋਈ ਨੁਕਸਾਨ ਹੁੰਦਾ, ਬੱਚੇ ਦਾ ਨੁਕਸਾਨ ਹੁੰਦਾ, ਤਾਂ ਜ਼ਿੰਮੇਵਾਰ ਕੌਣ ਹੈ? ਇਸ ਸੰਬੰਧੀ ਇੱਕ ਲੈਟਰ ਜਾਂਚ ਦੇ ਲਈ, ਐਕਸ਼ਨ ਦੇ ਲਈ MP ਧਰਮਵੀਰ ਗਾਂਧੀ ਹੋਣਾ ਨੇ ਇਸ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਹੋਰਾਂ ਨੂੰ ਵੀ
ਲਿਖਿਆ ਸੀ ਪਰ ਕੰਨ 'ਤੇ ਜੂ ਨਹੀਂ ਸਰਕੀ। ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਸੇ ਹੀ ਮਸਲੇ ਦੀ ਜਾਂਚ ਕਰਵਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਕਿ CBI ਜਾਂਚ ਕੀਤੀ ਜਾਵੇ। ਕੰਨ 'ਤੇ ਜੂ ਫਿਰ ਵੀ ਕਿਸੇ ਦੇ ਨਹੀਂ ਸਰਕੀ ਅਤੇ ਹੁਣ ਇਹ ਜਿਹੜਾ ਖਰਾਬ ਖਾਣਾ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਸਰਕਾਰ ਦੇ ਵੱਲੋਂ, ਉਸ ਖਾਣੇ ਦੇ ਉੱਪਰ ਜਦੋਂ ਪੰਜਾਬ ਸਰਕਾਰ ਦਾ ਇੱਕ ਇਮਾਨਦਾਰ ਅਫਸਰ ਉਸ ਖਾਣੇ ਦੇ ਉੱਪਰ ਸਵਾਲ ਚੁੱਕਦਾ, ਉਹਦੇ ਖਿਲਾਫ਼ ਜਿਹੜੀ ਰਿਪੋਰਟ ਬਣਾ ਕੇ ਭੇਜਦਾ, ਤਾਂ ਸਰਕਾਰ ਨੇ ਉਹਨੂੰ ਸ਼ਾਬਾਸ਼ ਤਾਂ ਕੀ ਦੇਣੀ ਆ, ਸਗੋਂ ਦੀ ਉਸਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਦੇ ਪਿੱਛੇ ਕੌਣ ਲੋਕ ਨੇ ਇੰਨੇ ਤਾਕਤਵਰ ਜਿਹੜੇ ਗਲਤ ਹੋਣ ਦੇ ਬਾਵਜੂਦ ਵੀ ਇਮਾਨਦਾਰ ਅਫਸਰਾਂ ਦੇ ਉੱਪਰ ਭਾਰੀ ਪੈ ਰਹੇ ਹੈ? ਉਸ ਅਫਸਰ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ, ਉਹਨਾਂ ਦੀਆਂ ਕੁਝ ਆਡੀਓ ਵੀ ਆਈਆਂ ਸੀ, ਔਰ ਜਿਹੜੇ ਇਹ ਕਾਲੇ ਧੰਦੇ ਨੂੰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਪਰਦਾਫਾਸ਼ ਕਰਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਕੀ ਕੁਝ ਚੱਲ ਰਿਹਾ ਮਹਿਕਮੇ ਦੇ ਅੰਦਰ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਵਿਕਰਮਜੀਤ ਜੀ, ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕਨਾ TV 'ਤੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਸੋ ਮੱਚ ਬੁਲਾਉਣ ਦੇ ਲਈ, ਥੈਂਕ ਯੂ ਸੋ ਮੱਚ। ਵਿਕਰਮਜੀਤ ਜੀ, ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਬਹੁਤ ਵਧੀਆ ਤੁਸੀਂ ਕੰਮ ਕੀਤਾ, ਹਾਲਾਂਕਿ ਉਹਦੀ ਸਜ਼ਾ ਤੁਹਾਨੂੰ ਬੇਸ਼ੱਕ ਸਸਪੈਂਡ ਹੋ ਕੇ ਭੁਗਤਣੀ ਪਈ ਹੈ, ਪਰ ਜਿਹੜਾ ਤੁਸੀਂ ਕੰਮ ਕੀਤਾ ਹੈ ਉਹ ਵਾਕਈ ਜਿਹੜਾ ਉਹ ਕਾਬਲੇ ਤਾਰੀਫ ਹੈ। ਵਿਕਰਮਜੀਤ ਜੀ, ਜਦੋਂ ਤੁਸੀਂ ਇਹ ਰਿਪੋਰਟ ਬਣਾ ਕੇ ਭੇਜੀ ਹੈ, ਪਹਿਲਾਂ ਤਾਂ ਸਸਪੈਂਡ ਤੁਹਾਨੂੰ ਕੀਤਾ ਗਿਆ, ਮਸਲਾ ਕੀ ਹੋਇਆ? ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਆਪਾਂ ਉਹ ਸਮਝਾ ਦਈਏ ਕਿ ਤੁਹਾਨੂੰ ਸਸਪੈਂਡ ਕਿਉਂ ਕਰ ਦਿੱਤਾ ਗਿਆ, ਕਹਾਣੀ ਪੂਰੀ ਕੀ ਸੀ? ਠੀਕ ਹੈ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਡਿਪਾਰਟਮੈਂਟ ਦਾ ਇੱਕ ਅਫੀਸ਼ੀਅਲ ਵਰਜ਼ਨ ਥੋੜ੍ਹਾ ਜਿਹਾ ਦੱਸ ਦਿੰਦਾ ਹਾਂ, ਕਿਉਂਕਿ ਇਸ ਨਿਊਜ਼ ਦੇ ਵਿੱਚ ਡਿਪਾਰਟਮੈਂਟ ਰਿਪ੍ਰੈਜ਼ੈਂਟ ਨਹੀਂ ਹੋ ਰਿਹਾ, ਤਾਂ ਮੈਂ ਡਿਪਾਰਟਮੈਂਟ ਦਾ ਐਂਗਲ ਥੋੜ੍ਹਾ ਜਿਹਾ ਵਿਊਅਰਸ ਨੂੰ ਦੱਸ ਦਿੰਦਾ, ਪੰਜਾਬ ਦੇ ਲੋਕਾਂ ਨੂੰ ਦੱਸ ਦਿੰਦਾ ਹੈ ਕਿ 26 ਤਰੀਕ ਨੂੰ ਸ਼ਾਮ ਦੇ ਟਾਈਮ ਮੈਨੂੰ ਮੇਰੇ ਇੱਕ ਕੋਲੀਗ ਦਾ ਫੋਨ ਆਉਂਦਾ ਹੈ ਕਿ ਇੱਕ ਲੈਟਰ ਨਿਕਲੀ ਹੈ ਤੁਹਾਡੀ ਸਸਪੈਂਸ਼ਨ ਨੂੰ ਲੈ ਕੇ। ਸ਼ਾਮ ਦੇ ਕਰੀਬ 7 ਵਜੇ ਦੇ ਕਰੀਬ ਮੈਨੂੰ ਕਾਲ ਆਉਂਦੀ ਹੈ, ਔਰ ਇਹ ਲੈਟਰ ਸ਼ਾਮ ਨੂੰ 4:30-5 ਵਜੇ ਦੇ ਕਰੀਬ 26 ਤਰੀਕ ਨੂੰ ਨਿਕਲੀ ਸੀਗੀ ਕਿ ਵਿਕਰਮਜੀਤ ਸਿੰਘ CDPO ਰਹੀ ਆ, ਯਾਨੀ ਕਿ ਮੈਨੂੰ ਜਿਹੜਾ ਉਹ ਸਸਪੈਂਡ ਕੀਤਾ ਗਿਆ ਹੈ, ਔਰ ਉਹਦੇ ਵਿੱਚ ਸਸਪੈਂਸ਼ਨ ਦੀ ਵਜ੍ਹਾ ਕੀ ਦਿੱਤੀ ਗਈ ਹੈ ਕਿ ਮੈਂ ਆਪਣੇ ਸਹਿਕਰਮੀ ਜਿਹੜੇ ਨਾਲ ਦੇ ਅਧਿਕਾਰੀ ਨੇ, ਨਾਲ ਦੇ ਅਫਸਰ ਨੇ, ਉਹਨਾਂ ਨੂੰ ਮੈਂ ਪ੍ਰੇਰਿਤ ਕਰ ਰਿਹਾ ਗਲਤ ਰਿਪੋਰਟਾਂ ਮਹਿਕਮੇ ਨੂੰ ਭੇਜਣ ਦੇ ਲਈ। ਹਾਲਾਂਕਿ ਨਾ ਤੇ ਉਹਦੇ 'ਚ ਇਹ ਲਿਖਿਆ ਗਿਆ ਹੈ ਕਿ ਮੈਂ ਕਿਹੜੀਆਂ ਗਲਤ ਰਿਪੋਰਟਾਂ ਪ੍ਰੇਰਿਤ ਕਰ ਰਿਹਾ ਆਪਣੇ ਸਹਿਕਰਮੀਆਂ ਨੂੰ ਗਲਤ ਰਿਪੋਰਟਾਂ ਭੇਜਣ ਲਈ। ਦੂਸਰੀ ਚੀਜ਼, ਉਹ ਕਿਹੜੇ ਸਹਿਕਰਮੀ ਨੇ ਕਿ ਜਿਹੜੇ ਆਪਣਾ ਦਿਮਾਗ ਵਰਤਣ ਦੀ ਬਜਾਏ ਮੇਰੇ ਪ੍ਰਭਾਵ ਦੇ ਵਿੱਚ ਆ ਕੇ ਰਿਪੋਰਟਾਂ ਭੇਜਦੇ ਨੇ? ਔਰ ਜਿਹੜੀ ਤੀਸਰੀ ਚੀਜ਼, ਸਭ ਤੋਂ ਇੰਪੋਰਟੈਂਟ ਚੀਜ਼ ਉਹ ਇਹ ਹੈ ਕਿ ਇਹ ਜਿਹੜੀ ਸਸਪੈਂਸ਼ਨ ਮੇਰੀ ਹੋਈ ਹੈ, ਇਹ ਜਿਸ ਦਿਨ ਮੈਂ 2 ਚਿੱਠੀਆਂ ਲਿਖੀਆਂ ਸੀਗੀਆਂ ਮਹਿਕਮੇ ਨੂੰ, ਪਹਿਲੀ ਮੈਂ ਜਿਹੜੀ ਉਹ ਲਿਖੀ ਸੀਗੀ ਦਲੀਆ ਨੂੰ ਲੈ ਕੇ ਕਿ ਜਿਹੜੀ ਐਕਸਪਾਇਰੀ ਡੇਟ ਆ ਉਹ ਬਹੁਤ ਘੱਟ ਆ, ਔਰ ਕੁਝ ਪੈਕਟ ਚਲਾਕੀ ਨਾਲ ਐਕਸਪਾਇਰੀ ਡੇਟ ਘੱਟ ਵਾਲੇ ਪਾ ਦਿੱਤੇ ਗਏ ਨੇ, ਬਾਕੀ 1 ਸਤੰਬਰ ਦੀ ਐਕਸਪਾਇਰੀ ਵਾਲੇ ਨੇ ਕੁਝ ਘੱਟ ਵਾਲੇ ਪਾਏ ਗਏ ਨੇ ਵਿੱਚ। ਦੂਸਰੀ ਚਿੱਠੀ 2 ਦਿਨ ਦੇ ਗੈਪ ਨਾਲ ਮੈਂ ਲਿਖੀ ਸੀਗੀ, ਫਿਰ ਮੈਨੂੰ ਲੱਗਦਾ 25 ਤਰੀਕ ਦੇ ਕਰੀਬ ਮੈਂ ਚਿੱਠੀ ਲਿਖੀ ਸੀਗੀ, ਕਿਉਂਕਿ 26 ਨੂੰ ਸਸਪੈਂਸ਼ਨ ਹੁੰਦੀ, 25 ਨੂੰ ਮੇਰੀ ਸੈਕਿੰਡ ਚਿੱਠੀ ਜਾਂਦੀ ਹੈ ਕਿ ਜਿਹੜੀ ਖਿਚੜੀ ਉਹਦੇ 'ਚ ਤਾਂ ਉੱਲੀ ਲੱਗੀ ਹੋਈ ਹੈ। ਔਰ 26 ਤਰੀਕ ਨੂੰ ਮੈਨੂੰ ਉਸੇ ਫਰਮ ਦੇ ਇੱਕ ਅਗਲੇ ਦਿਨ ਮੈਨੂੰ ਉਸੇ ਫਰਮ ਦੇ ਇੱਕ ਨੁਮਾਇੰਦੇ ਦਾ ਫੋਨ ਆਉਂਦਾ ਹੈ, ਪ੍ਰਕਾਸ਼ ਮਸਾਲੇ ਨਾਮ ਦੀ ਜਿਹੜੀ ਫਰਮ ਆ, ਕਿ ਤੁਸੀਂ ਸਾਡੀ ਕੰਪਲੇਂਟ ਕਿਉਂ ਕੀਤੀ ਆ, ਅਸੀਂ ਤੁਹਾਡਾ ਰਾਸ਼ਨ ਬਦਲਵਾ ਦਿੰਦੇ ਹਾਂ। ਮੈਂ ਕਿਹਾ ਤੁਸੀਂ ਬਦਲਵਾ ਦੋਗੇ ਤਾਂ ਨੈਚੁਰਲੀ ਕੰਪਲੇਂਟ ਆਪਣੇ ਆਪ ਹੀ ਕਲੋਜ਼ ਹੋ ਜਾਏਗੀ, ਮੈਂ ਤਾਂ ਆਪਣੇ ਮਹਿਕਮੇ ਦੇ ਅਫਸਰਾਂ ਨੂੰ ਦੱਸੂਗਾ ਹੀ ਨਾ ਕਿ ਖਿਚੜੀ ਉੱਲੀ ਲੱਗੀ ਹੋਈ ਹੈ, ਪ੍ਰੈਗਨੈਂਟ ਔਰਤਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਰਾਸ਼ਨ ਜਾ ਰਿਹਾ। ਜਿਹੜੀ ਉੱਲੀ ਆ ਫੰਗਸ ਆ, ਉਹ ਬੇਸਿਕਲੀ ਇੱਕ ਜ਼ਹਿਰ ਆ, ਲੱਕੜ ਤੇ ਫੰਗਸ ਹੁੰਦੀ ਆ, ਬਾਰਿਸ਼ ਦੇ ਦਿਨਾਂ 'ਚ ਖਾ ਲੋਗੇ ਤਾਂ ਬੰਦੇ ਦੀ ਡੈਥ ਹੋ ਸਕਦੀ ਆ। ਜ਼ਹਿਰ ਭੇਜੋਗੇ ਮੇਰੇ ਆਂਗਨਵਾੜੀ ਸੈਂਟਰ 'ਚ, ਮੇਰੇ ਹੱਥਾਂ ਨਾਲ ਜ਼ਹਿਰ ਜਾਊਗਾ ਬੱਚਿਆਂ ਨੂੰ, ਪ੍ਰੈਗਨੈਂਟ ਔਰਤਾਂ ਨੂੰ, ਤਾਂ ਮੈਂ ਤਾਂ ਮਹਿਕਮੇ ਨੂੰ ਦੱਸੂਗਾ ਹੀ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਦਲਵਾ ਦਾਂਗੇ। ਮੈਂ ਕਿਹਾ ਠੀਕ ਹੈ। ਔਰ ਜਦੋਂ ਉਹਨਾਂ ਦੀ 2-3 ਵਜੇ ਦੇ ਕਰੀਬ ਕਾਲ ਆਈ, ਔਰ 2 ਘੰਟੇ ਬਾਅਦ ਹੀ ਮੇਰੀ ਸਸਪੈਂਸ਼ਨ ਜਿਹੜੀ ਉਹ ਹੈੱਡ ਆਫਿਸ ਤੋਂ ਆ ਗਈ ਸੀਗੀ। ਹੁਣ ਰਹੀ ਗੱਲ ਕਿ ਮੈਂ ਤਾਂ ਮਹਿਕਮੇ ਨੂੰ ਚਿੱਠੀਆਂ 2 ਲਿਖੀਆਂ ਹੋਈਆਂ ਸੀਗੀਆਂ ਕਿ ਜਿਹੜਾ ਰਾਸ਼ਨ ਹੈ ਚੰਗਾ ਨਹੀਂ ਹੈਗਾ, ਉੱਲੀ ਲੱਗੀ ਹੋਈ ਆ। ਜਿੱਦਾਂ ਮੈਂ ਚਿੱਠੀ ਲਿਖਦਾ, ਅਗਲੇ ਦਿਨ ਹੀ ਮੈਨੂੰ ਉਹ ਫਰਮ ਦਾ ਫੋਨ ਆਉਂਦਾ, ਔਰ ਉਸੇ ਦਿਨ ਹੀ ਸ਼ਾਮ ਨੂੰ ਮੇਰੀ ਸਸਪੈਂਸ਼ਨ ਨਿਕਲ ਜਾਂਦੀ ਆ।
ਅੱਛਾ ਔਰ ਜਿਹੜਾ ਪ੍ਰਾਈਵੇਟ ਫਰਮ ਜਿਹੜੀ ਜਿਹਨੇ ਉਹ ਕੰਟਰੈਕਟ ਲਿਆ ਹੋਣਾ ਜਿਹੜਾ ਉੱਥੇ ਸਪਲਾਈ ਕਰਨ ਦਾ ਖਾਣਾ। ਹੁਣ ਤੁਸੀਂ ਇਹ ਦੇਖੋ ਕਿ ਪ੍ਰਾਈਵੇਟ ਫਰਮ ਦੀ ਇੰਨੀ ਔਕਾਤ ਆ ਕਿ ਉਹ ਮੈਨੂੰ ਫੋਨ ਕਰੇ ਸਿੱਧਾ, ਮੈਂ ਸਰਕਾਰ ਦਾ ਨੌਕਰ ਆ, ਮੈਂ ਲੋਕਾਂ ਦਾ ਨੌਕਰ ਆ, ਮੈਂ ਕਿਸੇ ਵਪਾਰੀ ਦਾ ਨੌਕਰ ਥੋੜੀ ਬੈਠਾ ਇੱਥੇ। ਪ੍ਰਾਈਵੇਟ ਫਰਮ ਦਾ ਨੁਮਾਇੰਦਾ ਕੌਣ ਹੁੰਦਾ ਹੈ ਮੈਨੂੰ ਫੋਨ ਕਰਕੇ ਕਹਿਣ ਵਾਲਾ ਕਿ ਸਾਡੀ ਕੰਪਲੇਂਟ ਕਿਉਂ ਕੀਤੀ? ਮੈਨੂੰ ਜ਼ਹਿਰ ਵੇਚੋਗੇ ਤਾਂ ਮੈਂ ਕੰਪਲੇਂਟ ਕਰੂੰਗਾ ਹੀ ਨਾ ਤੁਹਾਡੀ। ਫਿਰ ਬਿਲਕੁਲ ਠੀਕ, ਬਿਲਕੁਲ ਠੀਕ, ਉੱਲੀ ਲੱਗੀ ਵਾਲਾ ਰਾਸ਼ਨ ਭੇਜੋਗੇ, ਮੈਂ ਤਾਂ 100% ਕੰਪਲੇਂਟ ਕਰੂੰਗਾ, ਸਸਪੈਂਸ਼ਨ ਛੱਡ ਕੇ ਮੈਨੂੰ ਨੌਕਰੀ ਚੋਂ ਕੱਢ ਦੇਣ। ਜਿਹੜਾ ਇਹ ਗਰਾਊਂਡ ਬਣਾ ਰਿਹਾ ਕਿ ਤੁਸੀਂ ਉਕਸਾਇਆ, ਮੈਂ ਆਪਣੀ ਐਸੋਸੀਏਸ਼ਨ CDPOs ਦੀ, ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਵੀ ਹਾਂ। ਬਤੌਰ ਜਨਰਲ ਸਕੱਤਰ ਮੈਂ ਆਪਣੀ ਐਸੋਸੀਏਸ਼ਨ ਦੇ ਗਰੁੱਪ ਦੇ ਵਿੱਚ ਇੱਕ ਮੈਸੇਜ ਪਾਇਆ ਸੀਗਾ ਸਸਪੈਂਸ਼ਨ ਤੋਂ ਕਰੀਬ 3-4 ਦਿਨ ਪਹਿਲਾਂ ਦੀ ਗੱਲ ਆ, ਉਹ ਕਿ ਤੁਸੀਂ ਬਿਲਕੁਲ ਵੀ ਰਾਸ਼ਨ ਦੀ ਕੁਆਲਿਟੀ ਨੂੰ ਲੈ ਕੇ ਮਹਿਕਮੇ ਨੂੰ ਰਿਪੋਰਟ ਨਾ ਭੇਜੋ, ਕਿਉਂਕਿ ਸਾਡੇ ਕੋਲੋਂ ਮੰਤਰੀ ਮੈਮ ਖੁਦ ਰਿਪੋਰਟਾਂ ਮੰਗ ਰਹੇ ਸੀ ਕਿ ਸਾਨੂੰ ਰਿਪੋਰਟ ਭੇਜੋ ਰਾਸ਼ਨ ਦੀ। ਔਰ ਮੈਂ ਉਹਨਾਂ ਨੂੰ ਸਮਝਾ ਰਿਹਾ ਸੀਗਾ ਕਿ ਤੁਸੀਂ ਸਿਰਫ ਜੀਭ ਦੇ ਟੇਸਟ ਨਾਲ ਨਹੀਂ ਦੱਸ ਸਕਦੇ ਕਿ ਕੁਆਲਿਟੀ ਚੰਗੀ ਆ ਜਾਂ ਨਹੀਂ ਚੰਗੀ। ਹਾਂ, ਮਤਲਬ ਜਿਵੇਂ ਤੁਸੀਂ ਇਹ ਖਾ ਕੇ ਨਾ ਕਹਿ ਦੋ ਕਿ ਨਹੀਂ ਜੀ ਸਵਾਦ ਬਣਿਆ ਤਾਂ ਠੀਕ ਹੈ, ਇਹਦਾ ਮਤਲਬ ਇਹ ਨਹੀਂ ਹੈ ਉਹ ਕੋਈ ਠੀਕ ਹੀ ਹੈ। ਉਹ ਕੋਈ ਠੀਕ ਹੈ ਜਦੋਂ ਫੂਡ ਪੋਇਜ਼ਨਿੰਗ ਹੁੰਦੀ ਹੈ ਇਨਸਾਨ ਨੂੰ। ਦੇਖੋ ਬਲਜੀਤ ਮੈਮ ਸਾਡੇ ਮਿਨਿਸਟਰ ਨੇ, ਸਾਡੇ ਰਿਸਪੈਕਟਿਡ ਨੇ, ਉਹ ਡਾਕਟਰ ਨੇ। ਫੂਡ ਪੋਇਜ਼ਨਿੰਗ 24 ਤੋਂ 48 ਘੰਟੇ ਬਾਅਦ ਹੁੰਦੀ ਹੈ ਬੰਦੇ ਨੂੰ, ਔਰ ਜਿਹੜੇ ਫੂਡ ਤੋਂ ਪੋਇਜ਼ਨਿੰਗ ਹੋ ਰਹੀ ਹੁੰਦੀ ਹੈ ਖਾਣ ਵੇਲੇ ਬੰਦਾ ਬੜੇ ਮਜ਼ੇ ਨਾਲ ਖਾ ਰਿਹਾ ਹੁੰਦਾ, ਖਾਣ ਵੇਲੇ ਤਾਂ ਸਵਾਦ ਹੀ ਲੱਗਦਾ। ਸੋ ਬਿਲਕੁਲ, ਸੋ ਜੀਭ ਜਿਹੜੀ ਆ ਉਹ ਤੁਹਾਨੂੰ ਟੇਸਟ ਦੇ ਸਕਦੀ ਹੈ, ਜੀਭ ਤੁਹਾਨੂੰ ਕੁਆਲਿਟੀ ਕਿਵੇਂ ਦੱਸ ਸਕਦੀ ਹੈ। ਔਰ ਇਹ ਮੁੱਦਾ ਉਦੋਂ ਹੋਇਆ ਜਦੋਂ ਡਾਕਟਰ ਧਰਮਵੀਰ ਗਾਂਧੀ ਜੀ ਨੇ ਔਰ ਹੋਰ ਵੀ ਜਿਹੜੇ ਪੋਲੀਟੀਸ਼ੀਅਨ ਔਰ ਸਟੇਟਸਮੈਨ ਔਰ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਦੇ ਮੁੱਦਾ ਚੁੱਕ ਰਹੇ ਸੀ, ਉਦੋਂ ਜਲਦਬਾਜ਼ੀ ਦੇ ਵਿੱਚ ਛੁੱਟੀ ਵਾਲੇ ਦਿਨ ਆਂਗਨਵਾੜੀ ਸੈਂਟਰ ਖੁਲਵਾਏ ਗਏ ਐਤਵਾਰ ਦੇ ਦਿਨ ਚੈੱਕ ਕਰਾਉਣ ਵਾਸਤੇ। ਸੋਮਵਾਰ ਨੂੰ, ਹਾਂ ਸੋਮਵਾਰ ਨੂੰ, ਕਿਉਂ ਸਿਰਫ ਇੱਕ ਨੈਰੇਟਿਵ ਨੂੰ ਬਿਲਡ ਕਰਨ ਦੇ ਲਈ ਕਿ ਰਾਸ਼ਨ ਤਾਂ ਬਹੁਤ ਚੰਗਾ, ਦੇਖੋ ਸੰਡੇ ਵਾਲੇ ਦਿਨ ਰਾਸ਼ਨ ਪਕਾਇਆ ਗਿਆ, ਬਹੁਤ ਵਧੀਆ ਰਾਸ਼ਨ ਨਿਕਲਿਆ। ਸੋਮਵਾਰ ਨੂੰ ਕਿਉਂ ਨੀ ਸਾਨੂੰ ਚਿੱਠੀ ਆਈ ਕਿ ਰਾਸ਼ਨ ਪਕਾਇਆ ਜਾਵੇ? ਮੰਗਲਵਾਰ ਨੂੰ ਕਿਉਂ ਨੀ? ਹਫਤੇ 'ਚ 6 ਵਰਕਿੰਗ ਡੇਜ਼ ਨੇ। ਐਤਵਾਰ ਕਿਉਂ ਚੁਣਿਆ ਗਿਆ? ਸਿਰਫ ਇੱਕ ਪ੍ਰੋਪੇਗੈਂਡਾ ਕਰਨ ਲਈ, ਦੱਸਣ ਲਈ ਪੰਜਾਬ ਦੇ ਲੋਕਾਂ ਨੂੰ ਕਿ ਰਾਸ਼ਨ ਬਹੁਤ ਵਧੀਆ। ਜੇ ਕੋਈ ਅਫਸਰ ਓਕੇ ਰਿਪੋਰਟ ਭੇਜੂਗਾ ਠੀਕ ਆ, ਜਿਹੜਾ ਨਹੀਂ ਭੇਜੂਗਾ ਤਾਂ ਮੇਰੇ ਵਾਲਾ ਹਾਲ ਕਰਦੇ ਨੇ। ਮੈਂ ਇੱਕ ਗੱਲ ਸਮਝਣਾ ਚਾਹੂੰਗਾ, ਤੁਸੀਂ ਇਹ ਚੀਜ਼ ਮਹਿਕਮੇ ਨੂੰ ਆਪਣੇ ਨੂੰ ਦੱਸੀ ਕਿ ਭਾਈ ਇਹ ਖਾਣਾ ਜਿਹੜਾ ਇਹ ਵਧੀਆ ਕੁਆਲਿਟੀ ਦਾ ਨਹੀਂ, ਇਹ ਖਰਾਬ ਕੁਆਲਿਟੀ ਦਾ ਖਾਣਾ ਹੈਗਾ, ਤੁਹਾਨੂੰ ਤਾਂ ਮਹਿਕਮੇ ਨੂੰ ਸ਼ਾਬਾਸ਼ ਦੇਣੀ ਬਣਦੀ ਸੀਗੀ, ਪਰ ਉਲਟਾ ਤੁਹਾਨੂੰ ਇੱਕ ਵਪਾਰੀ ਫੋਨ ਕਰਕੇ ਕਹਿ ਰਿਹਾ ਕਿ ਅਸੀਂ ਤੂੰ ਸਾਡੀ ਸ਼ਿਕਾਇਤ ਕਿਉਂ ਕੀਤੀ, ਅਤੇ ਉਲਟਾ ਉਸ ਵਪਾਰੀ 'ਤੇ ਕਾਰਵਾਈ ਕਰਨ ਦੀ ਬਜਾਏ, ਉਸ ਨੂੰ ਤਾੜਨਾ ਕਰਨ ਦੀ ਬਜਾਏ ਕਿ ਤੂੰ ਖਰਾਬ ਖਾਣਾ ਭੇਜਿਆ ਅਤੇ ਤੁਸੀਂ ਵਧੀਆ ਕੰਮ ਕੀਤਾ, ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ, ਅਜਿਹਾ ਤੁਹਾਨੂੰ ਕਿਉਂ ਲੱਗਦਾ ਹੈ ਕਿ ਕੋਈ ਮਿਲੀ ਭੁਗਤੀ ਮਹਿਕਮੇ ਦੇ ਨਾਲ ਜਿਹੜੇ ਉਸ ਵਪਾਰੀ ਦੀ? ਦੇਖੋ ਚੰਡੀਗੜ੍ਹ ਦੇ ਵਿੱਚ ਸਾਡੇ ਡਾਇਰੈਕਟੋਰੇਟ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਬੈਠੇ ਨੇ ਪਿਛਲੇ ਕੁਝ ਸਾਲਾਂ ਤੋਂ, ਜਿਹੜੇ ਕਿ ਵੱਖ ਵੱਖ ਜਿਹੜੀਆਂ ਫਰਮਾਂ ਸਾਡੇ ਵਿਭਾਗ ਨੂੰ ਰਾਸ਼ਨ ਜਾਂ ਹੋਰ ਸਮਾਨ ਸਪਲਾਈ ਕਰਦੀਆਂ, ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਗਿੱਠ ਮਿੱਠ ਹੈ। ਔਰ ਤੁਹਾਨੂੰ ਪਤਾ ਸਰਕਾਰਾਂ ਚੇਂਜ ਹੋ ਜਾਂਦੀਆਂ, ਪਹਿਲਾਂ ਇੱਕ ਸਰਕਾਰ ਸੀਗੀ ਅਕਾਲੀ ਭਾਜਪਾ, ਫਿਰ ਕਾਂਗਰਸ ਆਈ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਕਈ ਵਾਰ ਸਰਕਾਰ ਦੇ ਵਿੱਚ ਵੀ ਮਿਨਿਸਟਰ ਚੇਂਜ ਹੋ ਜਾਂਦੇ ਆ। ਅੱਜ ਬਲਜੀਤ ਮੈਮ ਮਿਨਿਸਟਰ ਨੇ, ਕੱਲ ਨੂੰ ਕੋਈ ਹੋਰ ਮਿਨਿਸਟਰ ਹੋਣਗੇ, ਪਰਸੋਂ ਕੋਈ ਹੋਰ ਹੋਣਗੇ, ਮਿਨਿਸਟਰਸ ਵੀ ਚੇਂਜ ਹੋ ਜਾਂਦੇ, ਗਵਰਨਮੈਂਟਸ ਵੀ ਚੇਂਜ, ਗਵਰਨਮੈਂਟ ਦੇ ਚੇਂਜ ਹੋਏ ਬਿਨਾਂ ਵੀ ਮਿਨਿਸਟਰਸ ਦੀ ਬਦਲਾਵ ਜਿਹੜੇ ਹੋ ਜਾਂਦੇ ਨੇ, ਹੈ ਨਾ। ਬਟ ਉੱਪਰ ਜਿਹੜਾ ਨਿਜ਼ਾਮ ਆ ਜਾਂ ਉੱਪਰ ਜਿਹੜੇ ਆਫਿਸਰਸ ਨਾਲ ਬੈਠੇ ਨੇ ਉਹ ਸੇਮ ਹੀ ਰਹਿੰਦੇ ਆ। ਸੋ ਇਸ ਕਰਕੇ ਜੋ ਮੇਰਾ ਅਨੁਮਾਨ ਹੈ ਔਰ ਜੋ ਡਿਪਾਰਟਮੈਂਟ ਦੇ ਵਿੱਚ ਸਾਨੂੰ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਕੁਝ ਬੰਦੇ ਕੁਝ ਫਰਮਾਂ ਦੇ ਨਾਲ ਹੈਂਡ ਇਨ ਗਲਵ ਨੇ, ਔਰ ਜਿਹੜਾ ਵੀ ਇਹਨਾਂ ਦੇ ਖਿਲਾਫ ਖੜਾ ਹੁੰਦਾ ਉਹਨੂੰ ਧਮਕੀਆਂ ਤੱਕ ਵੀ ਪੁਰਾਣੇ ਸਮੇਂ 'ਚ ਦਵਾ ਚੁੱਕੇ ਨੇ, ਚਾਰਜਸ਼ੀਟਾਂ ਤੱਕ ਇਸ਼ੂ ਕਰਵਾ ਚੁੱਕੇ ਨੇ। ਅੱਛਾ, ਕਾਫੀ ਜ਼ਿਆਦਾ ਇਹਨਾਂ ਦਾ ਨੈਕਸਸ ਸਰ। ਔਰ ਅਨਫੋਰਚੁਨੇਟਲੀ ਜਿੰਨੇ ਵੀ ਮਿਨਿਸਟਰ ਸਾਡੇ ਡਿਪਾਰਟਮੈਂਟ ਦੇ ਰਹੇ ਨੇ ਉਹ ਸ਼ਾਇਦ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਕਿ ਉਹਨਾਂ ਦੇ ਆਲੇ ਦੁਆਲੇ ਕੁਝ ਇਹੋ ਜਿਹੇ ਚਮਚੇ ਬੈਠੇ ਨੇ ਜਿਹੜੇ ਉਹਨਾਂ ਨੂੰ ਉਹ ਗੱਲਾਂ ਦੱਸਦੇ ਜਿਹੜੀਆਂ ਉਹ ਸੁਣਨੀਆਂ ਚਾਹੁੰਦੇ ਨੇ। ਇਹ ਸਮਝ ਨਹੀਂ ਪਾ ਰਹੇ ਮਿਨਿਸਟਰ ਜਾਂ ਮਿਨਿਸਟਰ ਵੀ ਇਨਵੋਲਵ ਹੋ ਜਾਂਦੇ ਆ ਜਿੱਥੋਂ ਤੱਕ ਦੇਖੋ ਦੋਨੋਂ ਚੀਜ਼ਾਂ ਦੀ ਪੋਸੀਬਿਲਿਟੀ ਆ। ਮੈਨੂੰ ਡਰ ਨਹੀਂ ਹੈਗਾ ਮਿਨਿਸਟਰ ਦਾ ਜਾਂ ਸਰਕਾਰ ਦਾ ਕਿ ਮੈਂ ਕਹਾਂ ਕਿ ਸਮਝ ਨਹੀਂ ਪਾ ਰਹੇ। ਪਹਿਲੀ ਗੱਲ ਤਾਂ ਮਿਨਿਸਟਰ ਵੀ ਆਪ ਬੱਚੇ ਨਹੀਂ ਹੈਗੇ,
ਮਿਨਿਸਟਰ ਅਗਰ ਨਹੀਂ ਸਮਝ ਪਾ ਰਹੇ, ਮਿਨਿਸਟਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਕਿ ਇੰਨੀ ਸਾਰੀ ਮੀਡੀਆ ਕਵਰੇਜ ਹੋ ਰਹੀ, ਇੰਨੇ ਸਾਰੇ ਆਂਗਨਵਾੜੀ ਵਰਕਰ, ਹਲੇ ਤਾਂ ਇਹ ਉਹ ਵਰਕਰਸ ਨੇ ਜਿਹੜੇ ਓਪਨਲੀ ਸਾਹਮਣੇ ਆਏ ਨੇ ਕਿ ਰਾਸ਼ਨ ਠੀਕ ਨਹੀਂ ਹੈਗਾ। ਬਿਲਕੁਲ, ਚਲੋ ਮੈਂ ਉਸ ਵਾਲੇ ਪਾਸੇ ਆਉਣਾ, ਆਪਾਂ ਦੁਬਾਰਾ ਉੱਤੇ ਗੱਲ ਕਰਦੇ ਹਾਂ, ਪਰ ਮੈਂ ਥੋੜ੍ਹਾ ਪੁੱਛਣਾ ਚਾਹੂੰਗਾ, ਜਦੋਂ ਤੁਸੀਂ ਇਹ ਚੰਗਾ ਕੰਮ ਕੀਤਾ, ਦੱਸਿਆ ਕਿ ਭਾਈ ਇਹ ਜਿਹੜਾ ਖਰਾਬ ਖਾਣਾ ਜਿਹੜਾ ਇੱਥੇ ਆ ਰਿਹਾ ਸਾਡੇ, ਅਤੇ ਮੈਂ ਇਹ ਜ਼ਹਿਰ ਜਿਹੜੀ ਆ ਉਹ ਬੱਚਿਆਂ ਨੂੰ ਨਹੀਂ ਪਰੋਸਾਂਗਾ, ਤਾਂ ਇਸ 'ਤੇ ਤੁਹਾਨੂੰ ਸਸਪੈਂਡ ਕਰ ਦਿੱਤਾ ਜਾਂਦਾ। ਫਿਰ ਤੁਸੀਂ ਅਪਰੋਚ ਕੀਤੀ ਮੰਤਰੀ ਤੱਕ, ਸਰਕਾਰ ਤੱਕ, ਕਿਸੇ ਨੁਮਾਇੰਦੇ ਤੱਕ ਕਿ ਭਾਈ ਮੈਂ ਆਹ ਚੰਗੀ ਗੱਲ ਕੀਤੀ, ਮੈਨੂੰ ਇਹਦਾ ਇਨਾਮ ਜਿਹੜਾ ਸਸਪੈਂਡਡ ਹੋ ਕੇ ਜਿਹੜਾ ਉਹ ਭੁਗਤਣਾ ਪੈ ਰਿਹਾ, ਤਾਂ ਮਤਲਬ ਤੁਸੀਂ ਕਿਤੇ ਅਪਰੋਚ ਕੀਤੀ? ਸਾਡੇ ਦੇਖੋ, ਇੱਕ ਤਾਂ ਇਹ ਸਾਰਾ ਕੁਝ ਬਹੁਤ ਜਲਦਬਾਜ਼ੀ 'ਚ ਹੋਇਆ, ਦੂਸਰਾ ਇਹ ਚੀਜ਼ ਜਿਹੜੀ ਉਹ ਜਦੋਂ ਮਤਲਬ ਵੀਕਐਂਡ ਤੋਂ ਇੱਕ ਦਿਨ ਪਹਿਲਾਂ ਹੀ ਇਹ ਚੀਜ਼ ਹੋਈ, ਔਰ ਹੋਈ ਵੀ ਸ਼ਾਮ ਦੇ ਟਾਈਮ। ਸੋ ਪਹਿਲਾਂ ਤਾਂ ਮੈਨੂੰ ਅਫੀਸ਼ੀਅਲ ਚੈਨਲ ਰਾਹੀਂ ਇਨਫੋਰਮ ਤੱਕ ਨਹੀਂ ਮਹਿਕਮੇ ਨੇ ਕੀਤਾ ਕਿ ਤੁਹਾਡੀ ਸਸਪੈਂਸ਼ਨ ਕੀਤੀ, ਕਿਸੇ ਵੀ ਮੁਲਾਜ਼ਮ ਦੀ ਅਫਸਰ ਦੀ ਅਸੀਂ ਸਸਪੈਂਸ਼ਨ ਕਰਦੇ, ਉਹਨੂੰ ਅਸੀਂ ਬਕਾਇਦਾ ਰਸਮੀ ਤੌਰ 'ਤੇ ਇਹ ਸੂਚਿਤ ਕਰਦੇ ਹਾਂ ਕਿ ਤੇਰੀ ਸਸਪੈਂਸ਼ਨ ਕੀਤੀ ਗਈ ਔਰ ਤੁਹਾਡਾ ਹੈੱਡਕੁਆਰਟਰ ਜਿਹੜਾ ਇਸ ਜਗ੍ਹਾ 'ਤੇ ਬਣਾਇਆ ਜਾ ਰਿਹਾ। ਮੇਰੇ ਕੇਸ 'ਚ ਕੀ ਕੀਤਾ ਗਿਆ, ਵਟਸਐਪ 'ਤੇ ਇੱਧਰ ਉੱਧਰ ਗਰੁੱਪਾਂ ਦੇ ਵਿੱਚ ਮੈਸੇਜ ਘੁਮਾ ਦਿੱਤਾ ਗਿਆ ਔਰ ਫਾਰਵਰਡਡ ਮੈਸੇਜ ਮੇਰੇ ਤੱਕ ਪਹੁੰਚਿਆ ਕਿ ਤੁਹਾਡੀ ਸਸਪੈਂਸ਼ਨ ਕੀਤੀ ਗਈ ਹੈ। ਬਾਅਦ ਵਿੱਚ ਸਾਡਾ ਜਿਹੜਾ ਅਫੀਸ਼ੀਅਲ ਗਰੁੱਪ ਹੁੰਦਾ ਹੈ ਵਟਸਐਪ 'ਤੇ, ਜਿਹਦੇ 'ਚ ਸਾਡੇ ਆਨਰੇਬਲ ਮਿਨਿਸਟਰ ਮੈਡਮ ਬਲਜੀਤ ਕੌਰ ਜੀ ਵੀ ਉਸ ਗਰੁੱਪ ਦੇ ਵਿੱਚ ਹੈਗੇ ਨੇ, ਸਾਡੇ ਸੈਕਟਰੀ ਮੈਮ ਨੇ ਰਾਜੀਵ ਪੀ ਸ਼੍ਰੀਵਾਸਤਵ, ਉਹ ਵੀ ਉਹਦੇ 'ਚ ਨੇ, ਡਾਇਰੈਕਟਰ ਮੈਮ ਵੀ ਨੇ, ਡਿਪਟੀ ਡਾਇਰੈਕਟਰਸ, ਸਾਰੇ ਪੰਜਾਬ ਦੇ ਸਮੂਹ ਜਿਹੜੇ ਅਫਸਰ ਨੇ ਇਸ ਵਿਭਾਗ ਦੀ, ਜਿਹੜੀ ਅਫਸਰਸ਼ਾਹੀ ਸਾਰੀ ਉਸ ਗਰੁੱਪ ਦੇ ਵਿੱਚ ਹੈਗੀ ਆ, ਉਸ ਵਟਸਐਪ ਗਰੁੱਪ ਦੇ ਵਿੱਚ। ਉੱਥੇ ਮੈਂ ਇਹ ਮੈਸੇਜ ਪਾਇਆ ਕਿਉਂਕਿ ਚਿੱਠੀ ਤੋਂ ਦੇਖ ਕੇ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਸਰਕਾਰੀ ਪੱਤਰ ਹੈ, ਜੈਨੂਇਨ ਪੱਤਰ ਆ, ਭਾਵੇਂ ਕਿ ਮੈਨੂੰ ਈਮੇਲ ਰਾਹੀਂ ਜਾਂ ਅਫੀਸ਼ੀਅਲ ਚੈਨਲ ਰਾਹੀਂ ਪ੍ਰਾਪਤ ਨਹੀਂ ਹੋਇਆ, ਵਟਸਐਪ ਰਾਹੀਂ ਫਾਰਵਰਡ ਹੋ ਕੇ ਆਇਆ, ਬਟ ਉਹ ਚਿੱਠੀ ਦੇਖ ਕੇ ਔਰ ਉਹਦੀ ਲੈਂਗੁਏਜ ਦੇਖ ਕੇ ਔਰ ਸੈਕਟਰੀ ਮੈਮ ਦੇ ਸਿਗਨੇਚਰਸ ਦੇਖ ਕੇ, ਨੰਬਰਿੰਗ ਵਗੈਰਾ ਦੇਖ ਕੇ ਮੈਨੂੰ ਕਲੀਅਰ ਹੋ ਗਿਆ ਸੀਗਾ ਕਿ ਅਫੀਸ਼ੀਅਲ ਪੱਤਰ ਹੀ ਆ ਔਰ ਵਾਕਈ ਮੇਰੀ ਸਸਪੈਂਸ਼ਨ ਹੋ ਚੁੱਕੀ ਆ। ਤੁਹਾਡੇ ਤੋਂ ਕੋਈ ਅਪੀਲ ਦੀ, ਤੁਹਾਨੂੰ ਤੁਹਾਡੇ ਤੋਂ ਕੋਈ ਅਪੀਲ ਦਰੀ ਨਹੀਂ ਸੁਣੀ ਗਈ, ਤੁਹਾਡੇ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ? ਸੁਣਵਾਈ ਨਹੀਂ, ਕੋਈ ਸੁਣਵਾਈ ਨਹੀਂ ਕੀਤੀ ਗਈ ਕਿ ਜਿਹੜਾ ਚਿੱਠੀ 'ਚ ਇਹਨਾਂ ਨੇ ਲਿਖਿਆ ਵੀ ਮੈਂ ਉਕਸਾ ਰਿਹਾ ਗਲਤ ਰਿਪੋਰਟਾਂ ਲਈ, ਮੈਂ ਕਿਹੜੀ ਗਲਤ ਰਿਪੋਰਟ ਲਈ ਉਕਸਾਇਆ, ਉਹ ਕਿਹੜਾ ਮੂਰਖ ਅਫਸਰ ਹੈ ਜਿਹੜਾ ਮੈਨੂੰ ਪੁੱਛ ਕੇ ਰਿਪੋਰਟਾਂ ਭੇਜੀ ਜਾਂਦਾ? ਮੈਂ ਤਾਂ ਆਪਣੀ ਐਸੋਸੀਏਸ਼ਨ ਦਾ ਜਨਰਲ ਸਕੱਤਰ, ਮੈਂ ਤਾਂ ਇਹ ਮੈਸੇਜ ਪਾਇਆ, ਮੈਂ ਹੁਣ ਵੀ ਸਟੈਂਡ ਕਰਦਾ ਹਾਂ, ਮੈਂ ਹੁਣ ਤੁਹਾਡੇ ਮਾਧਿਅਮ ਰਾਹੀਂ ਵੀ ਪੰਜਾਬ ਦੇ ਸਾਰੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ ਤੁਹਾਡੇ ਕੋਲੋਂ ਕਦੀ ਵੀ ਮਹਿਕਮਾ ਰਿਪੋਰਟ ਮੰਗੇ, ਤੁਹਾਨੂੰ ਸੰਡੇ ਦੇ ਦਿਨ ਤੁਹਾਡੇ ਦਫ਼ਤਰ ਕੋਲੋਂ ਆ ਕੇ ਰਿਪੋਰਟ ਮੰਗਵਾ ਲਈ ਜਾਂਦੀ ਵੀ ਓਕੇ ਰਿਪੋਰਟ ਭੇਜ ਦਿਓ ਸਾਨੂੰ। ਓਕੇ ਰਿਪੋਰਟ ਕਿੱਦਾਂ ਭੇਜਦੀ ਹੈ ਲੈਬ ਟੈਸਟਿੰਗ ਤੋਂ ਬਿਨਾਂ ਸਿਰਫ ਟੇਸਟ ਕਰਕੇ? ਮੈਂ ਤਾਂ ਉੱਤੇ ਉਹਨਾਂ ਨੂੰ ਉਕਸਾਇਆ ਨਹੀਂ, ਉਹਨਾਂ ਨੂੰ ਤਾਂ ਪ੍ਰੇਰਿਤ ਕੀਤਾ ਕਿ ਆਪਾਂ ਲੈਬ ਟੈਸਟਿੰਗ ਮੰਗੀਏ। ਮਤਲਬ ਕੱਲ ਨੂੰ ਜੇ ਕੋਈ ਗੱਲਬਾਤ ਹੋ ਜਾਂਦੀ ਹੈ, ਜੇ ਕੋਈ ਉਹ ਖਾਣਾ ਖਰਾਬ ਖਾ ਕੇ ਕੱਲ ਨੂੰ ਕਿਸੇ ਬੱਚੇ ਨੂੰ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਏ, ਤਾਂ ਫਿਰ ਜਿਹੜਾ ਓਕੇ ਲੈ ਕੇ ਭੇਜੂਗਾ ਅਫਸਰ, ਕਾਰਵਾਈ ਤਾਂ ਫਿਰ ਉਹਦੇ ਤੇ ਹੋਊਗੀ। ਤੁਸੀਂ ਆਪਣੇ ਤੌਰ ਤੇ ਠੀਕ ਹੈ ਕਿ ਇਹਦੀ ਲੈਬ ਟੈਸਟਿੰਗ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਐਗਜ਼ਾਮਪਲ ਦਿੰਦਾ ਜੀ, ਸਾਡੇ ਮਹਿਕਮੇ ਦੇ ਵਿੱਚ 100 ਦੇ ਕਰੀਬ ਅਫਸਰ ਨੇ CDPO, ਜਿਹਦੇ ਚੋਂ 51 CDPO ਚਾਰਜਸ਼ੀਟ ਨੇ। ਇੱਕ ਲਰਨਿੰਗ ਕਿੱਟਾਂ ਦਾ ਕੇਸ ਹੋਇਆ ਸੀਗਾ, ਤੁਸੀਂ ਮੀਡੀਆ 'ਚੋਂ ਤੁਸੀਂ ਸ਼ਾਇਦ ਸੁਣਿਆ ਹੈਗਾ, ਅੱਜ ਤੋਂ 3 ਸਾਲ ਪਹਿਲਾਂ ਤੁਸੀਂ ਸੁਣੀ ਹੋਏਗੀ ਇਹ ਚੀਜ਼, ਔਰ ਉਹਦੇ 'ਚ ਐਗਜੈਕਟਲੀ ਇਹੀ ਚੀਜ਼ ਹੋਈ ਸੀਗੀ। ਇੱਕ ਫਰਮ ਨੇ ਬੱਚਿਆਂ ਦੇ ਖੇਡਣ ਦੇ ਲਈ ਔਰ ਸਿੱਖਿਆ ਦੇ ਲਈ ਲਰਨਿੰਗ ਕਿੱਟ ਸਪਲਾਈ ਕੀਤੀਆਂ, ਔਰ ਜਲਦਬਾਜ਼ੀ 'ਚ ਆਨੰਦ ਫਾਨਨ 'ਚ ਰਿਪੋਰਟਾਂ ਮੰਗੀਆਂ ਗਈਆਂ ਅਫਸਰਾਂ ਦੇ ਕੋਲੋਂ ਕਿ ਰਿਪੋਰਟ ਭੇਜੋ ਲਰਨਿੰਗ ਕਿੱਟਾਂ ਦੀ ਕੁਆਲਿਟੀ ਸੰਬੰਧੀ। ਸਾਰਿਆਂ ਨੇ ਸਰਟੀਫਿਕੇਟ ਭੇਜਦੇ ਕਿ ਕੁਆਲਿਟੀ ਬਹੁਤ ਅੱਛੀ ਆ, ਔਰ ਬਾਅਦ ਵਿੱਚ ਮੀਡੀਆ ਦੇ ਵਿੱਚ ਜਦੋਂ ਮਸਲਾ ਉੱਠਿਆ ਮੀਡੀਆ ਦੇ ਵਿੱਚ ਕਿ ਲਰਨਿੰਗ ਕਿੱਟਾਂ ਬਹੁਤ ਮਾੜੀ ਕੁਆਲਿਟੀ ਦੀਆਂ ਨੇ, ਔਰ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਉਹਨਾਂ ਅਧਿਕਾਰੀਆਂ ਨੂੰ, ਹਾਲਾਂਕਿ ਮੇਰਾ ਨਾਮ ਉਹਨਾਂ ਅਧਿਕਾਰੀਆਂ 'ਚ ਨਹੀਂ ਹੈਗਾ, ਬਟ ਉਹਨਾਂ ਅਫਸਰਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ ਕਿ ਤੁਸੀਂ ਸਰਕਾਰ ਨੂੰ ਗੁੰਮਰਾਹ ਕੀਤਾ ਹੈ ਰਿਪੋਰਟ ਭੇਜ ਕੇ ਕਿ ਜਿਹੜੀਆਂ ਲਰਨਿੰਗ ਕਿੱਟਾਂ ਉਹਨਾਂ ਦੀ ਕੁਆਲਿਟੀ ਸਹੀ ਹੈ, ਜਦਕਿ ਮੀਡੀਆ ਕਵਰੇਜ 'ਚ ਪਤਾ ਚੱਲ ਰਿਹਾ ਕਿ ਕੁਆਲਿਟੀ ਮਾੜੀ ਆ। ਹੁਣ ਤੁਸੀਂ ਇਸੇ ਚੀਜ਼ ਨੂੰ ਇੱਥੇ ਅਪਲਾਈ ਕਰ ਲਓ ਵੀ ਲਰਨਿੰਗ ਕਿੱਟਾਂ ਦੀ ਜਗ੍ਹਾ 'ਤੇ ਸਿਰਫ ਆਈਟਮ ਜਿਹੜੀ ਆ ਉਹ ਚੇਂਜ ਹੋ ਗਈ ਆ, ਉਹ ਰਾਸ਼ਨ ਹੋ ਗਿਆ ਸਰਕਾਰ ਦਾ, ਆਂਗਨਵਾੜੀ ਦਾ, ਬੱਚਿਆਂ ਦਾ ਔਰ ਪ੍ਰੈਗਨੈਂਟ ਔਰਤਾਂ ਦਾ। ਬਾਕੀ ਸਥਿਤੀ ਸੇਮ ਆ ਕਿ ਸਾਨੂੰ ਸਰਟੀਫਿਕੇਟ ਭੇਜੋ, ਸਰਟੀਫਿਕੇਟ ਭੇਜੋ ਸਿੰਪਲ ਕਿ ਰਾਸ਼ਨ ਬਹੁਤ ਵਧੀਆ ਹੈ, ਕਿਉਂਕਿ ਅਸੀਂ ਦੱਸਣਾ ਹੈ ਕਿ ਰਾਸ਼ਨ ਬਹੁਤ ਵਧੀਆ। ਨੈਰੇਟਿਵ ਦੀ ਲੜਾਈ ਲੜੀ ਜਾ ਰਹੀ ਹੈ, ਸਹੀ ਮਾਇਨੇ ਦੇ ਵਿੱਚ ਬੁਨਿਆਦੀ ਤੌਰ 'ਤੇ ਸੁਧਾਰ ਜਿਹੜੇ ਮਹਿਕਮੇ 'ਚ ਨਹੀਂ ਕੀਤੇ ਜਾ ਰਹੇ। ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਕੱਲ੍ਹ ਨੂੰ ਕੋਈ ਬੱਚਾ ਮਰ ਗਿਆ, ਕੋਈ ਵੱਡਾ ਹਾਦਸਾ ਹੋ ਗਿਆ,
ਤਾਂ ਉਸ ਕੇਸ ਦੇ ਵਿੱਚ ਜ਼ਿੰਮੇਵਾਰੀ ਸਿਰਫ ਜਿਹੜਾ ਸੀ ਡੀ ਪੀ ਓ ਜਾਂ ਸੁਪਰਵਾਈਜ਼ਰ ਜਿਹੜੇ ਆਂਗਣਵਾੜੀ ਵਰਕਰ ਉਹ ਤਿੰਨਾਂ ਦੀ ਆਉਣੀ ਹੈ, ਉੱਪਰ ਬੈਠੇ ਜਿਹੜੇ ਮੰਤਰੀ ਔਰ ਸੈਕਟਰੀ ਔਰ ਡਾਇਰੈਕਟਰ ਨੇ ਸੀਨੀਅਰ ਆਫੀਸਰਸ ਨੇ, ਇਹਨਾਂ ਦਾ ਕਿਸੇ ਦਾ ਕੁਝ ਨਹੀਂ ਜਾਣਾ। ਬਿਲਕੁਲ, ਇਹ ਚੱਲ ਕੀ ਰਿਹਾ, ਇਹ ਚੱਲ ਕੀ ਰਿਹਾ ਜੀ, ਪੰਜਾਬ ਦੇ ਵਿੱਚ ਬੈਠੀ ਅਫਸਰਸ਼ਾਹੀ ਜਿਹੜੀ ਆਪਣੀਆਂ ਮਨਮਰਜ਼ੀਆਂ ਕਰੀ ਜਾ ਰਹੀ ਹੈ, ਖਰਾਬ ਖਾਣਾ ਲੋਕਾਂ ਦੇ ਬੱਚਿਆਂ ਨੂੰ ਗਰਭਵਤੀ ਔਰਤਾਂ ਨੂੰ ਜਿਹੜੀ ਆ ਉਹ ਪਰੋਸੀ ਜਾਂਦੀ ਹੈ, ਅਤੇ ਜਿਹੜੇ ਲੋਕ ਇਸ ਦੇ ਖਿਲਾਫ ਆਵਾਜ਼ ਚੱਕਦੇ ਨੇ ਤੁਹਾਡੇ ਵਰਗੇ ਅਫਸਰ, ਉਹਨਾਂ ਨੂੰ ਉੱਪਰਲੇ ਅਫਸਰ ਸਸਪੈਂਡ ਕਰਾਈ ਜਾਂਦੇ ਹੈ, ਅਤੇ ਫਿਰ ਸਰਕਾਰ ਦਾ ਕੰਟਰੋਲ ਕਿੱਥੇ ਹੈ, ਮੰਤਰੀ ਦਾ ਮਹਿਕਮੇ ਦੇ ਉੱਪਰ ਕੰਟਰੋਲ ਜਿਹੜਾ ਉਹ ਕਿੱਥੇ ਹੈਗਾ, ਇਹ ਬਹੁਤ ਵੱਡੇ ਸਵਾਲ ਨੇ। ਤਾਂ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਸਰਕਾਰ ਅਤੇ ਅਫਸਰਸ਼ਾਹੀ ਦੇ ਵਿਚਕਾਰ ਜਾਂ ਤਾਂ ਕੋਈ ਰਲੀ ਮਿਲੀ ਭੁਗਤ ਹੈ ਜਾਂ ਫਿਰ ਕੋਈ ਇਹੋ ਜਿਹਾ ਗੈਪ ਹੈ ਜਿਹੜਾ ਆਪਸ 'ਚ ਇਹਨਾਂ ਨੂੰ ਮਿਲਣ ਨਹੀਂ ਦਿੰਦਾ, ਔਰ ਪਤਾ ਹੀ ਨਹੀਂ ਚੱਲ ਰਿਹਾ ਮੰਤਰੀ ਨੂੰ ਕਿ ਮੇਰੇ ਮਹਿਕਮੇ ਦੇ ਅੰਦਰ ਕੀ ਹੋਈ ਜਾ ਰਿਹਾ। ਆ ਥੋੜ੍ਹੇ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਹੀ ਜਿਹੜੇ ਖੇਤੀਬਾੜੀ ਮੰਤਰੀ ਦੇ ਮਹਿਕਮੇ ਦੇ ਵਿੱਚੋਂ ਜਿਹੜਾ ਫਸਲਾਂ ਦਾ ਆਇਆ ਸੀਗਾ 299 ਕਰੋੜ ਰੁਪਈਆ ਫਸਲੀ ਚੱਕਰ ਤੋਂ ਕੱਢਣ ਦੀ, ਉਹ ਨਹੀਂ ਵਰਤਿਆ ਗਿਆ, ਬਾਅਦ 'ਚ ਮੰਤਰੀ ਨੂੰ ਪਤਾ ਲੱਗਿਆ। ਮਤਲਬ ਇਹ ਚੱਲ ਕੀ ਰਿਹਾ, ਅਫਸਰਸ਼ਾਹੀ ਦਾ ਔਰ ਸਰਕਾਰ ਦਾ ਆਪਸ ਦੇ ਵਿੱਚ ਤਾਲਮੇਲ ਹੀ ਕੋਈ ਨਹੀਂ ਗਾ। ਦੇਖੋ, ਦੋ ਤਿੰਨ ਰੀਜ਼ਨਸ ਨੇ, ਤੁਸੀਂ ਇਹਦੇ 'ਚ ਇੱਕ ਪੁਆਇੰਟ ਰੇਜ਼ ਕੀਤਾ ਕਿ ਕੀ ਮੰਤਰੀਆਂ ਦੀ ਅਫਸਰਾਂ ਨਾਲ ਉੱਚੇ ਅਫਸਰਾਂ ਨਾਲ ਮਿਲੀ ਭੁਗਤ ਹੈਗੀ ਆ। ਜਿਹੜਾ ਮਿਲੀ ਭੁਗਤ ਦਾ ਸਵਾਲ ਆ, ਇਹ ਤਾਂ ਆਉਂਦਾ ਇਨਵੈਸਟੀਗੇਸ਼ਨ ਦੇ ਉੱਤੇ, ਪੜਤਾਲ ਦੇ ਉੱਤੇ। ਬਿਨਾਂ ਪੜਤਾਲ ਤੋਂ ਅਸੀਂ ਮਿਲੀ ਭੁਗਤ ਦੀ ਗੱਲ ਜਿਹੜੀ ਨੈਚੁਰਲੀ ਉਹ ਨਹੀਂ ਕਰ ਸਕਦੇ, ਸੁਭਾਵ ਜੀ ਗੱਲ ਹੈ, ਕਿਉਂਕਿ ਇਹ ਚੀਜ਼ਾਂ ਪੜਤਾਲ ਦਾ ਵਿਸ਼ਾ ਹੁੰਦੀਆਂ। ਹਾਂ, ਇਹ ਜ਼ਰੂਰ ਹੈ ਕਿ ਤੁਸੀਂ ਕਹਿ ਲਓ ਕਿ ਪੋਲੀਟੀਕਲ ਵਿਲ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਲਿਆਉਣ ਦੀ, ਜਾਂ ਇਹ ਕਿ ਬਈ ਸੋਸ਼ਲ ਸਿਕਿਉਰਿਟੀ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਆ, ਜਿੰਨਾ ਮਰਜ਼ੀ ਅਸੀਂ ਆਦਰਸ਼ਵਾਦੀ ਬਣ ਕੇ ਕਹੀਏ ਕਿ ਔਰਤਾਂ ਦੇ ਬੱਚਿਆਂ ਨਾਲ ਇਹ ਮਹਿਕਮਾ ਡੀਲ ਕਰਦਾ, ਬਜ਼ੁਰਗਾਂ ਨਾਲ, ਦਬੇ ਕੁਚਲੇ ਵਰਗਾਂ ਨਾਲ ਇਹ ਮਹਿਕਮਾ ਡੀਲ ਕਰਦਾ, ਬਟ ਨੇਤਾਵਾਂ ਦੀ ਨਜ਼ਰਾਂ 'ਚ ਮਹਿਕਮੇ ਦੀ ਕੋਈ ਇੰਪੋਰਟੈਂਸ ਨਹੀਂ ਹੈ। ਇੰਪੋਰਟੈਂਸ ਹੀ ਕੋਈ ਨਹੀਂ ਹੈਗੀ ਇਸ ਮਹਿਕਮੇ ਦੀ, ਨੇਤਾ ਦੀ ਨਜ਼ਰਾਂ 'ਚ। ਨੇਤਾ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ, ਉਹਨੂੰ ਲੱਗਦਾ ਮਹਿਕਮਾ ਐਵੇਂ ਹੀ ਆ, ਮੈਨੂੰ ਇਹ ਮਹਿਕਮਾ ਮਿਲੀ ਕਿਉਂ ਗਿਆ। ਨਹੀਂ, ਪਰ ਇਸ ਮਹਿਕਮੇ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਆ, ਬੇਸ਼ੱਕ ਕਹਿਣ ਨੂੰ ਜਿਹੜਾ ਇਹ ਮਹਿਕਮਾ ਜਿਹੜਾ ਹੈਗਾ, ਇਹ ਬਾਲ ਵਿਕਾਸ ਸੁਰੱਖਿਆ ਜੋ ਵੀ ਇਹ ਜਿਹੜਾ ਮਹਿਕਮਾ ਹੈਗਾ, ਕਹਿਣ ਨੂੰ ਬੇਸ਼ੱਕ ਇਹ ਛੋਟਾ ਮਹਿਕਮਾ, ਪਰ ਜਿਸ ਤਰੀਕੇ ਦੀ ਗੱਲਬਾਤ ਹੈ ਇਹਦੇ ਵਿੱਚ ਘਪਲੇ ਜਿਸ ਤਰੀਕੇ ਦੇ ਆਉਂਦੇ ਹੈ, ਉਹ ਬਹੁਤ ਵੱਡੇ ਨਜ਼ਰੀ ਆਉਂਦੇ ਹੈ। ਮੈਂ ਫਿਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਜਿਹੜਾ ਇਹ ਮਹਿਕਮਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਬੇਸ਼ੱਕ ਦੇਖਣ ਨੂੰ ਇਹ ਛੋਟਾ ਲੱਗਦਾ ਹੋਵੇ, ਬੇਸ਼ੱਕ ਜਿਹੜੇ ਮੰਤਰੀ ਕੋਲ ਇਹ ਵਿਭਾਗ ਜਾਵੇ ਦੇਖਣ ਨੂੰ ਐਂ ਲੱਗਦਾ ਹੋਵੇ ਕਿ ਭਾਈ ਇਹ ਤਾਂ ਐਵੇਂ ਹੀ ਹੈ ਮਹਿਕਮਾ, ਪਰ ਇਹਦੇ ਵਿੱਚ ਵੀ ਘਪਲੇ ਬਹੁਤ ਵੱਡੇ ਪੱਧਰ 'ਤੇ ਕਹਿੰਦੇ ਹੁੰਦੇ ਹੈ। ਔਰ ਤੁਹਾਡੇ ਧਿਆਨ 'ਚ ਹੋਊਗਾ, ਕਹਿੰਦੇ ਕਿ ਸੈਨੇਟਰੀ ਜਿਹੜੇ ਨੈਪਕਿਨ ਨੇ ਉਹਨਾਂ ਦੇ ਵਿੱਚ ਵੀ ਪਿਛਲੇ ਦਿਨੀ ਇਹਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ ਇਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਘਪਲਾ ਹੋਇਆ, ਕੰਟੇਨਰ ਖਰੀਦਣ ਨੂੰ ਲੈ ਕੇ ਬਹੁਤ ਵੱਡੇ ਪੱਧਰ 'ਤੇ ਇਸੇ ਮਹਿਕਮੇ 'ਚ ਘਪਲਾ ਹੋਇਆ, ਔਰ ਰਜਿਸਟਰ ਨੂੰ ਲੈ ਕੇ ਵੀ ਇਹਦੇ ਵਿੱਚ ਬਹੁਤ ਵੱਡਾ ਘਪਲਾ ਹੋਇਆ, ਘਪਲੇ ਬਹੁਤ ਜ਼ਿਆਦਾ ਹੋਈ ਜਾਂਦੇ ਆ, ਤੇ ਫਿਰ ਸਰਕਾਰ ਦਾ ਕੰਟਰੋਲ ਕਿੱਥੇ ਹੈ? ਤੁਹਾਨੂੰ ਹੈਰਾਨੀ ਹੋਏਗੀ ਜਾਣ ਕੇ ਕਿ ਦੋ ਤਿੰਨ ਗਿਣਤੀ ਦੇ ਅਫਸਰ ਨੇ ਚੰਡੀਗੜ੍ਹ ਬੈਠੇ, ਜਿਨ੍ਹਾਂ ਦੇ ਸਾਰੇ ਘਪਲਿਆਂ 'ਚ ਵਾਰ ਵਾਰ ਨਾਮ ਆ ਰਹੇ ਆ। ਅੱਛਾ, ਪਰ ਉਹਨਾਂ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਉਹਨਾਂ ਨੂੰ ਕੋਈ ਚਾਰਜਸ਼ੀਟ ਨਹੀਂ ਕੀਤਾ ਜਾਂਦਾ, ਉਹਨਾਂ ਦਾ ਡਿਸਚਾਰਜ ਕੀਤਾ ਗਿਆ ਕਿ ਤੁਸੀਂ ਤਾਂ ਚੰਗੇ ਹੀ ਬੜੇ ਹੋ। ਇਹੋ ਜਿਹੇ, ਇਹਦਾ ਫਿਰ ਮਤਲਬ ਕੀ, ਇਹਦਾ ਮਤਲਬ ਫਿਰ ਪੰਜਾਬ ਦੇ ਲੋਕ ਕੀ ਸਮਝਣ? ਇਹਦਾ ਮਤਲਬ ਕਿ ਜਿਹੜੇ ਤੁਹਾਡੇ ਵਰਗੇ ਇਮਾਨਦਾਰ ਬੰਦੇ ਹੈ ਉਹਨਾਂ ਨੂੰ ਸਸਪੈਂਡਡ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇ, ਅਤੇ ਜਿਹੜੇ ਠੱਗ ਚੋਰ ਨੇ ਉਹਨਾਂ ਨੂੰ ਆਪਣੇ ਨਾਲ ਲਾ ਕੇ ਰੱਖੋ ਤਾਂ ਜੋ ਇਮਾਨਦਾਰਾਂ 'ਤੇ ਇਹ ਦਬਾਅ ਬਣਾ ਸਕਣ? ਬਿਲਕੁਲ, ਕੋਈ ਵੀ ਸੰਸਥਾ ਜਿਹੜੀ ਉਦੋਂ ਹੀ ਤਬਾਹੀ ਵੱਲ ਨੂੰ ਵੱਧਦੀ ਹੈ ਜਦੋਂ ਅਸੀਂ ਚੰਗੇ ਕੰਮ ਲਈ ਲੋਕਾਂ ਨੂੰ ਡਿਸਇਨਸੈਂਟੀਵਾਈਜ਼ ਕਰਦੇ ਹਾਂ, ਸਜ਼ਾ ਦਿੰਦੇ ਹਾਂ, ਔਰ ਮਾੜੇ ਕੰਮ ਨੂੰ ਅਸੀਂ ਨਿਵਾਜਦੇ ਹਾਂ, ਤਾਂ ਫਿਰ ਉਹ ਸੰਸਥਾ ਤਬਾਹੀ ਵੱਲ ਨੂੰ ਹੀ ਵੱਧਦੀ ਹੈ। ਤਾਂ ਓਬਵੀਅਸ ਜੀ ਗੱਲ ਆ, ਸਾਨੂੰ ਤਾਂ ਚੰਗੇ ਕੰਮ ਲਈ ਸਰਾਉਣਾ ਚਾਹੀਦਾ ਲੋਕਾਂ ਨੂੰ। ਜੇ ਇਹਨਾਂ ਨੂੰ ਕੋਈ ਪ੍ਰੋਬਲਮ ਵੀ ਸੀਗੀ ਮੇਰੇ ਨਾਲ, ਮੇਰੇ ਕਿਸੇ ਵੀ ਮੈਸੇਜ ਨਾਲ, ਕਿਸੇ ਵੀ ਕੰਡਕਟ ਨਾਲ, ਮੈਨੂੰ ਸ਼ੋਅ ਕੋਸ ਦਾ ਇਸ਼ੂ ਕਰਦੇ, ਮੈਨੂੰ ਪੁੱਛਦੇ ਤਾਂ ਸਹੀ, ਇੱਕ ਵਟਸਐਪ ਦਾ ਕੋਈ ਫਾਰਵਰਡਡ ਮੈਸੇਜ ਹੋ ਕੇ ਇਹਨਾਂ ਨੂੰ ਕਿਵੇਂ ਪਤਾ ਹੈ ਕਿ ਮੇਰੀ ਆਵਾਜ਼ ਆ, ਇਹਨਾਂ ਨੂੰ ਕਿਵੇਂ ਪਤਾ ਹੈ ਕਿ ਮੈਂ ਗਲਤ ਪ੍ਰੇਰਣਾ ਦੇ ਰਿਹਾ, ਇਹਨਾਂ ਕੋਲ ਕੀ ਗਰੰਟੀ ਆ ਵੀ ਕਿਸੇ ਅਫਸਰ ਨੇ ਮੇਰੇ ਕੋਲੋਂ ਗਲਤ ਪ੍ਰੇਰਣਾ ਲੈ ਕੇ ਕੋਈ ਗਲਤ ਰਿਪੋਰਟ ਭੇਜ ਦੀ ਹੈ?
ਤੁਸੀਂ ਇਹੋ ਜਿਹੇ ਕਾਲੀ ਭੇਡ ਅਫਸਰ ਦਾ ਨਾਂ ਲੈ ਸਕਦੇ ਹੋ, ਕਿਸੇ ਇਸ ਠੱਗ ਚੋਰ ਅਫਸਰ ਦਾ ਨਾਂ ਲੈ ਸਕਦੇ ਹੋ? ਦੇਖੋ ਮੈਂ ਨਾ ਇਸ ਟਾਈਮ ਇਸ ਕਰਕੇ ਨਹੀਂ ਲੈ ਪਾਊਂਗਾ ਕਿਉਂਕਿ ਇੱਕ ਤਾਂ ਤੁਹਾਨੂੰ ਪਤਾ ਡੀਫੇਮੇਸ਼ਨ ਦਾ ਸਵਾਲ ਬਣੇਗਾ ਆਉਣ ਵਾਲੇ ਸਮੇਂ 'ਚ, ਔਰ ਜਦੋਂ ਮਹਿਕਮਾ ਇਹਨਾਂ ਨੂੰ ਸਰਟੀਫਿਕੇਟ ਦੇਈ ਬੈਠਾ ਵੀ ਇਹ ਤਾਂ ਬਹੁਤ ਚੰਗੇ ਅਫਸਰ ਨੇ, ਤਾਂ ਮੈਂ ਉੱਥੇ ਕੀ ਕਰਾਂ? ਅਗਲਾ ਸਰਟੀਫਿਕੇਟ ਲੈ ਕੇ ਕੱਲ ਨੂੰ ਤੁਹਾਡੇ ਨਾਲ ਇੰਟਰਵਿਊ ਕਰਨ ਲੱਗ ਜੂਗਾ ਵੀ ਆ ਲਓ ਮੇਰਾ ਸਰਟੀਫਿਕੇਟ। ਅਗਲਾ ਕਹੂਗਾ ਜੀ ਮੇਰੇ ਤਾਂ 20 ਸਾਲਾਂ 'ਚ ਮੇਰੇ 'ਤੇ ਕਦੀ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਵਾਕਿਆ ਹੀ ਨਹੀਂ ਹੋਈ। ਬਿਲਕੁਲ ਠੀਕ, ਫਿਰ ਮੈਂ ਝੂਠਾ ਪੈ ਮੁੱਖ ਮੰਤਰੀ ਕਹਿੰਦੇ ਆ ਕਿ ਸਾਡੇ ਇਸ ਨੰਬਰ ਤੇ ਸ਼ਿਕਾਇਤ ਕਰੋ, ਅਸੀਂ ਜਾਂਚ ਕਰਾਵਾਂਗੇ। ਤੁਸੀਂ ਹੁਣ ਮੈਦਾਨ ਦੇ ਵਿੱਚ ਆ ਹੀ ਚੁੱਕੇ ਹੋ, ਤਾਂ ਤੁਸੀਂ ਚਾਹੁੰਦੇ ਹੋ ਕਿ ਮੰਤਰੀ ਸਾਹਿਬ ਜਾਂ ਕੋਈ ਮੁੱਖ ਮੰਤਰੀ ਸਾਹਿਬ ਇਹ ਅਫਸਰਾਂ ਦੀ ਸ਼ਿਕਾਇਤ ਦੇ ਜਿਹੜੇ ਤੁਸੀਂ ਸ਼ਿਕਾਇਤ ਕਰਦੇ ਹੋ ਜਾਂ ਕੁਛ ਵੀ ਹੈ, ਉਹ ਅਫਸਰਾਂ ਦੀ ਜਿਹੜੀ ਹੈ ਉਹ ਜਾਣੀ ਜਾਂਚ ਕਰਾਉਣੀ ਚਾਹੀਦੀ ਹੈ? ਯਾਨੀ ਮੈਂ ਫਿਰ ਉੱਤੇ ਆ ਰਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਉਹ ਅਫਸਰਾਂ ਦੀ ਜਿਹੜੀ ਉਹ ਵਿਜੀਲੈਂਸ ਜਾਂ ਕੋਈ ਜਾਂਚ ਮੰਤਰੀ ਜਾਂ ਫਿਰ ਮੁੱਖ ਮੰਤਰੀ ਕਰਾਉਣ? 100% ਜਾਂਚ ਹੋਣੀ ਚਾਹੀਦੀ ਹੈ, 100%, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ। ਔਰ ਇਹ ਜਾਂਚ ਸਿਰਫ ਚੰਡੀਗੜ੍ਹ ਬੈਠੇ ਜਿਹੜੇ ਵੱਡੀਆਂ ਮਛਲੀਆਂ ਨੇ, ਬਿਗ ਫਿਸ਼, ਸਿਰਫ ਉਹਨਾਂ ਦੀ ਹੋਣੀ ਚਾਹੀਦੀ ਹੈ। ਜੇ ਜਾਂਚ ਦੇ ਚੱਕਰ 'ਚ ਅਸੀਂ ਫੀਲਡ ਦੇ ਅਫਸਰਾਂ ਨੂੰ ਫਿਰ ਤੰਗ ਕਰਨ ਲੱਗ ਜਾਂਗੇ ਤਾਂ ਫਿਰ ਕੋਈ ਨਹੀਂ ਬੋਲੂਗਾ ਅੱਗੇ ਆ ਕੇ, ਕਿਉਂਕਿ ਜਿਹੜੀ ਟੈਂਡਰਿੰਗ ਹੁੰਦੀ ਆ, ਫਰਮਾਂ ਦੀ ਚੋਣ ਹੁੰਦੀ ਜਿਹਨੇ ਸਾਨੂੰ ਸਮਾਨ ਸਪਲਾਈ ਕਰਨਾ, ਪੂਰਾ ਟੈਂਡਰਿੰਗ ਪ੍ਰੋਸੈਸ ਹੈੱਡ ਆਫਿਸ ਲੈਵਲ ਤੇ ਹੁੰਦਾ ਹੈ। ਜਿਹੜੀ ਏਜੰਟੀ ਹੁੰਦੀ ਆ ਉਹ ਹੈੱਡ ਆਫਿਸ ਲੈਵਲ ਤੇ ਹੁੰਦੀ, ਉਹ ਫੀਲਡ ਲੈਵਲ ਤੇ ਨਹੀਂ ਹੁੰਦੀ। ਕਰਪਸ਼ਨ ਜਿਹੜੀ ਆ ਉੱਪਰੋਂ ਸ਼ੁਰੂ ਹੋ ਕੇ ਥੱਲੇ ਨੂੰ ਆਉਂਦੀ ਆ, ਥੱਲੋਂ ਸ਼ੁਰੂ ਹੋ ਕੇ ਉੱਪਰ ਨੂੰ ਨਹੀਂ ਆਉਂਦੀ। ਕਿਸੇ ਚਪੜਾਸੀ ਨੇ ਕਰਪਸ਼ਨ ਨਹੀਂ ਸ਼ੁਰੂ ਕੀਤੀ ਸਿਸਟਮ 'ਚ, ਉੱਤੇ ਵਾਲੇ ਸ਼ੁਰੂ ਕਰਦੇ। ਉੱਤੇ ਵਾਲੇ ਤਾਂ ਅਸੀਂ ਫੜਦੇ ਹੀ ਨਹੀਂ ਕਦੇ ਕਿਸੇ ਨੂੰ, ਥੱਲੇ ਵਾਲਿਆਂ ਨੂੰ ਤਾਂ ਅਸੀਂ ਬੇਵਜ੍ਹਾ ਹੀ ਜਿਹੜਾ ਟੰਗੀ ਜਾਂਦੇ ਹਾਂ। ਕਾਹਦੀ ਪਨਿਸ਼ਮੈਂਟ? ਮੈਂ ਤਾਂ ਲੋਕਾਂ ਨੂੰ, ਯੂਥ ਨੂੰ ਅਪੀਲ ਕਰੂੰਗਾ, ਬਿਲਕੁਲ ਨੌਕਰੀ ਸਰਕਾਰੀ 'ਚ ਨਾ ਆਓ, ਮਿਲਦੀ ਵੀ ਆ ਨਾ ਆਓ, ਇਹ ਬਹੁਤ ਮਾੜੀਆਂ ਨੌਕਰੀਆਂ ਨੇ। ਤੁਹਾਨੂੰ ਦੇਖਣ ਨੂੰ ਲੱਗੂਗਾ ਸਰਕਾਰੀ ਨੌਕਰੀ ਗਜ਼ਟਡ ਅਹੁਦੇ, ਚੰਗੇ ਅਹੁਦੇ, ਨਹੀਂ ਚੰਗੇ ਅਹੁਦੇ ਹੈਗੇ, ਬਹੁਤ ਬੁਰੇ ਹਾਲਾਤ ਨੇ ਨੌਕਰੀਆਂ ਦੇ ਵਿੱਚ। ਫੋਰਨ ਚਲੇ ਜਾਓ, ਪ੍ਰਾਈਵੇਟ ਸੈਕਟਰ ਜੁਆਇਨ ਕਰ ਲਓ, ਇੱਥੇ ਨਾ ਆਓ, ਕਿਉਂਕਿ ਇਹ ਚਾਹੁੰਦੇ ਨਹੀਂ ਆ ਵੀ ਕੋਈ ਇੱਥੇ ਸੁਧਾਰ ਆਵੇ। ਸਾਡੇ ਵਰਗਾ ਜੇ ਓਕੇ ਸਰਟੀਫਿਕੇਟ ਭੇਜ ਦਿੰਦਾ ਜਿੱਦਣ ਐਤਵਾਰ ਦੇ ਦਿਨ ਸਾਨੂੰ ਕਿਹਾ ਗਿਆ ਆ, ਪ੍ਰੋਬਲਮ ਇਹਨਾਂ ਨੂੰ ਇਹ ਹੋਈ ਹੈ ਕਿ ਐਤਵਾਰ ਦੇ ਦਿਨ ਅਸੀਂ ਸਰਟੀਫਿਕੇਟ ਮੰਗਿਆ, ਤੁਸੀਂ ਭੇਜਿਆ ਕਿਉਂ ਨਹੀਂ, ਤੁਸੀਂ ਰੋਕਿਆ ਕਿ ਦੂਜੇ ਨੂੰ? ਮੈਂ ਤਾਂ ਰੋਕੂੰਗਾ ਹੀ, ਮੇਰੇ ਦਿਮਾਗ 'ਚ ਤਾਂ ਸ਼ੱਕ ਆਊਗਾ ਕਿ ਤੁਸੀਂ ਐਤਵਾਰ ਦੇ ਦਿਨ ਕਿਹੜੀ ਜਲਦਬਾਜ਼ੀ ਆ ਗਈ ਵੀ ਸੰਡੇ ਦੇ ਦਿਨ ਦਫ਼ਤਰ ਖੁਲਵਾ ਰਹੇ ਹੋ ਜੀ? ਨਹੀਂ ਇਹ ਸਾਰਾ ਕੁਝ ਮੈਂ ਫਿਰ ਇੱਥੇ, ਕਿਉਂਕਿ ਮੈਂ ਨਾ ਇਹ ਜੋ ਕੁਝ ਹੋ ਰਿਹਾ ਹੈ ਇਹ ਲੁਕਵੇਂ ਢੰਗ ਨਾਲ ਹੋਣ ਵਾਲਾ ਨਹੀਂ। ਇਹ ਹਲਚਲ ਜਿਹੜੀ ਹੁੰਦੀ ਹੈ ਇਸ ਤਰੀਕੇ ਦੀ ਮਹਿਕਮੇ ਦੇ ਅੰਦਰ ਕਿ ਐਤਵਾਰ ਨੂੰ ਚੈਕਿੰਗ ਹੋਵੇ, ਹੋਰ ਜਿਹੜੀਆਂ ਬੜੀਆਂ ਚੀਜ਼ਾਂ, ਇਹ ਮੈਨੂੰ ਲੱਗਦਾ ਹੈ ਕਿ ਵਿਭਾਗ ਦੇ ਮੁਖੀ ਮੰਤਰੀ ਦੇ ਨੌਲੇਜ ਤੋਂ ਬਿਨਾਂ ਨਹੀਂ ਹੋ ਸਕਦੀਆਂ। ਅਤੇ ਜੇ ਉਹਦੀ ਨੌਲੇਜ ਤੋਂ ਬਿਨਾਂ ਹੁੰਦੀਆਂ ਤਾਂ ਫਿਰ ਵੀ ਉਹਨਾਂ ਦੀ ਨਰਾਇਕੀ ਹੈ, ਅਤੇ ਜੇ ਉਹ ਉਹਨਾਂ ਦੀ ਨੌਲੇਜ ਦੇ ਅੰਦਰ ਹੋ ਰਹੀਆਂ ਨੇ ਅਤੇ ਫਿਰ ਤਾਂ ਚਲੋ ਉਹਨਾਂ ਦੀ ਮੁੜੀ ਭਿਗਤ ਫਿਰ ਸਾਹਮਣੇ ਆਉਂਦੀ ਹੋਈ ਆਉਂਦੀ ਹੈ, ਤਾਂ ਫਿਰ ਇਹ ਚੀਜ਼ ਜਿਹੜੀ ਚੱਲ ਕੀ ਰਹੀ ਹੈ ਕਿ ਇਹ ਮੰਤਰੀ ਨੂੰ ਪਤਾ ਨਹੀਂ ਹੈ ਜਾਂ ਕੀ ਗੱਲਬਾਤ ਹੈ? ਮੈਂ ਉਹਦੇ ਬਾਰੇ ਤੁਹਾਨੂੰ ਮੈਂ ਐਕਸਪਲੇਨ ਕਰਦਾ। ਪਹਿਲੀ ਗੱਲ ਤਾਂ ਇੱਦਾਂ ਨਹੀਂ ਹੈ ਕਿ ਮੈਡਮ ਬਲਜੀਤ ਕੌਰ ਨੇ ਪਿਛਲੇ 2 ਸਾਲ 'ਚ ਕੋਸ਼ਿਸ਼ ਨਹੀਂ ਕੀਤੀ ਸੁਧਾਰ ਕਰਨ ਦੀ, ਕੀਤੀ ਹੈ, ਇੰਡੀਡ ਕੀਤੀ ਹੈ ਉਹਨਾਂ ਨੇ, ਵਾਕਈ ਕੋਸ਼ਿਸ਼ ਕੀਤੀ ਹੈ ਕਿ ਆਂਗਨਵਾੜੀ ਸੈਂਟਰਾਂ ਦਾ ਰਾਸ਼ਨ ਉਹਨੂੰ ਕਿਸੇ ਤਰੀਕੇ ਨਾਲ ਸੁਧਾਰਿਆ ਜਾਵੇ, ਬਟ ਉਹਨਾਂ ਦੇ ਆਲੇ ਦੁਆਲੇ ਸਰਕਲ ਬੈਠਾ ਆ ਇੱਦਾਂ ਦਾ ਕਿ ਜਿਵੇਂ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਨਾ ਵੀ ਬਲੂ ਸਟਾਰ ਕਰਦੇ ਦੇਖੀ ਜਾਏਗੀ, ਉਹ ਕੰਮ ਹੋ ਰਿਹਾ ਵੀ ਕਰਦੇ ਕਰਦੇ ਸਸਪੈਂਸ਼ਨ ਕੋਈ ਨਹੀਂ ਦੇਖੀ ਜਾਊਗੀ, ਨਾਲ ਆਲੇ ਦੁਆਲੇ ਚਮਚੇ ਇੱਦਾਂ ਦੇ ਬੈਠੇ, ਉਹ ਫੀਡਬੈਕ ਹੀ ਨਹੀਂ, ਗਰਾਊਂਡ ਰਿਐਲਿਟੀ ਤਾਂ ਪਹੁੰਚਣੀ ਨਹੀਂ ਦਿੰਦੇ ਮੰਤਰੀ ਤੱਕ। ਉਹ ਹੁਣ ਇਹ ਤੁਹਾਡੀ ਸਸਪੈਂਸ਼ਨ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਆਪਣੇ ਤੌਰ ਤੇ ਕਰਤੀ ਜਾਂ ਫਿਰ ਮੰਤਰੀ ਦੀ ਵੀ ਰਾਏ ਲਈ ਹੋਣੀ ਹੈ ਇਸ ਸਮੇਂ ਤੁਹਾਡੀ ਸਸਪੈਂਸ਼ਨ ਦੇ ਵਿੱਚ? ਮੰਤਰੀ ਦੀ ਰਾਏ ਤੋਂ ਬਿਨਾਂ ਸਸਪੈਂਸ਼ਨ ਨਹੀਂ ਹੋ ਸਕਦੀ। ਜਿਹੜੇ ਸਾਡੇ ਸਪੈਸ਼ਲ ਚੀਫ ਸੈਕਟਰੀ ਮੈਮ ਨੇ ਰਾਜੀ ਸ਼੍ਰੀਵਾਸਤਵ ਜੀ, ਉਹ ਤਾਂ ਸਿਰਫ ਸਿਗਨੇਚਰ ਕਰਦੇ ਆ ਨਾ, ਕਿਉਂਕਿ ਸਸਪੈਂਸ਼ਨ ਜਿਹੜੀ ਉਹ ਸੈਕਟਰੀ ਨੇ ਕਰਨੀ ਹੁੰਦੀ ਕਿਸੇ ਵੀ ਅਧਿਕਾਰੀ ਦੀ, ਲੇਕਿਨ ਨੈਚੁਰਲੀ ਜਿਹੜੀ ਮਿਸਲ ਤੁਰੀ ਹੋਏਗੀ ਉਹ ਮੰਤਰਾਲੇ ਤੋਂ ਤੁਰੀ ਹੋਏਗੀ। ਫਿਰ ਜਦੋਂ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ MP, ਪੰਜਾਬ ਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਗਾਂਧੀ ਇੰਨੇ ਵੱਡੇ ਪੱਧਰ ਤੇ ਇਸ ਮਸਲੇ ਦੀ
ਜਾਂਚ ਦੀ ਮੰਗ ਕਰਦੇ ਹੋਣ, ਸੀ ਬੀ ਆਈ ਜਾਂਚ ਤੱਕ ਦੀ ਇਸ ਮਸਲੇ ਦੀ ਮੰਗ ਉੱਠ ਗਈ ਹੋਵੇ ਅਤੇ ਤੁਹਾਡੇ ਮਹਿਕਮੇ ਦਾ ਆਪਣਾ ਅਫਸਰ ਤੁਹਾਨੂੰ ਇਹ ਗੱਲ ਕਹਿ ਰਿਹਾ ਹੋਵੇ ਕਿ ਖਾਣਾ ਮਾੜਾ ਹੈਗਾ, ਤਾਂ ਫਿਰ ਤਾਂ ਤੁਹਾਨੂੰ ਮੰਤਰੀ ਨੂੰ ਸੱਦ ਕੇ ਤੁਹਾਨੂੰ ਮਿਲਣਾ ਚਾਹੀਦਾ ਸੀ, ਫਿਰ ਸਸਪੈਂਸ਼ਨ ਕਰਵਾਉਣ ਦੀ ਕੀ ਲੋੜ ਪੈ ਗਈ? ਨਹੀਂ ਨਹੀਂ, ਸਾਨੂੰ ਤਾਂ ਉਹ ਟਾਈਮ ਤੱਕ ਨਹੀਂ ਦੇਣਗੇ ਮਿਲਣ ਲਈ। ਸਾਨੂੰ ਮੰਤਰੀ ਤੋਂ ਕੋਈ ਆਸ ਹੀ ਨਹੀਂ ਅੱਜ, ਉਹ ਟਾਈਮ ਤੱਕ ਨਹੀਂ ਦੇਣਗੇ ਮਿਲਣ ਲਈ ਸਾਨੂੰ। ਸਾਡੇ ਨਾਲ ਜਦੋਂ ਵੀ ਉਹ ਮੀਟਿੰਗ ਕਰਦੇ ਉਹ ਸਿਰਫ ਆਪਣੀਆਂ ਗੱਲਾਂ ਬੋਲ ਕੇ ਚਲੇ ਜਾਂਦੇ, ਸਾਨੂੰ ਤਾਂ ਬੋਲਣ ਦਾ ਟਾਈਮ ਨਹੀਂ ਦਿੰਦੇ ਮੀਟਿੰਗ ਦੇ ਵਿੱਚ ਕਿ ਤੁਸੀਂ ਕੀ ਚੀਜ਼ ਬੋਲਣੀ ਚਾਹੁੰਦੇ। ਕਿ ਇੱਕ ਵਾਰ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਸੀਗੀ, ਅਸੀਂ ਆਪਣੇ ਡਿਪਾਰਟਮੈਂਟ ਦੇ ਸਾਰੇ ਇਸ਼ੂਜ਼ ਉਹਨਾਂ ਦੇ ਧਿਆਨ 'ਚ ਲਿਆਉਂਦੇ ਸੀਗੇ, ਕਿਉਂਕਿ ਅਸੀਂ ਚਾਹੁੰਦੇ ਸੀ ਵੀ ਇੱਕ ਵਾਰ ਅਸੀਂ ਆਨਰੇਬਲ ਮਿਨਿਸਟਰ ਨੂੰ ਦੱਸ ਦਈਏ। ਪਰ ਉਸ ਤੋਂ ਬਾਅਦ ਵਿੱਚ ਵੀ ਕੋਈ ਸੁਧਾਰ ਨਹੀਂ ਹੋਇਆ, ਮੰਤਰੀ ਦੇ ਧਿਆਨ 'ਚ ਆਉਣ ਤੋਂ ਬਾਅਦ ਵਿੱਚ ਵੀ ਕੋਈ ਸੁਧਾਰ। ਪ੍ਰਮੋਸ਼ਨ ਨੇ 23 ਦੇ ਵਿੱਚੋਂ ਸਿਰਫ 4 ਜਿਹੜੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੇ ਸਾਡੇ ਮਹਿਕਮੇ 'ਚ, ਜ਼ਿਲ੍ਹੇ ਪੱਧਰ ਦੀ ਸਾਮੀ ਨੂੰ ਡੀਪੀਓ ਬੋਲਿਆ ਜਾਂਦਾ, ਡਿਸਟ੍ਰਿਕਟ ਪ੍ਰੋਗਰਾਮ ਆਫਿਸਰ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ 19 ਜ਼ਿਲ੍ਹਿਆਂ ਦੇ ਵਿੱਚ ਨਕਲੀ ਬੰਦਿਆਂ ਨੂੰ ਚਾਰਜ ਦਿੱਤੇ ਗਏ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਅਸਾਮੀ ਦੇ, ਜਿਨ੍ਹਾਂ ਦਾ ਪ੍ਰਮੋਸ਼ਨ ਬਣਦਾ ਜਿਹੜੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦਾ। ਉਹ ਵਿਚਾਰੇ ਰਿਟਾਇਰ ਹੋ ਗਏ ਪ੍ਰਮੋਸ਼ਨ ਦਾ ਇੰਤਜ਼ਾਰ ਕਰਦੇ ਕਰਦੇ, ਉਹਨਾਂ ਦਾ ਪ੍ਰਮੋਸ਼ਨ ਨਹੀਂ ਕੀਤਾ ਜਿਹੜੇ 2018 ਦੇ ਵਿੱਚ ਨੌਕਰੀ 'ਚ ਆਏ ਨੇ, ਜਿਨ੍ਹਾਂ ਨੇ CDPO ਦੀ ਅਸਾਮੀ ਦਾ ਪਰਖ ਕਾਲ ਪੂਰਾ ਨਹੀਂ ਸੀ ਕੀਤਾ, ਜਿਨ੍ਹਾਂ ਨੇ ਹਲੇ ਇਹ ਵੀ ਨਹੀਂ ਸੀ ਦੱਸਿਆ ਕਿ ਬਤੌਰ CDPO ਉਹ ਕਾਬਿਲ ਹੈ ਵੀ ਨੇ ਕਿ ਨਹੀਂ ਹੈਗੇ, ਉਹਨਾਂ ਨੂੰ ਉਤਲੀ ਜ਼ਿਲ੍ਹੇ ਲੈਵਲ ਦੀ ਅਸਾਮੀ ਦਾ ਚਾਰਜ ਦਿੱਤਾ ਗਿਆ। ਔਰ ਕੁਝ ਬੰਦਿਆਂ ਨੂੰ ਤਾਂ 3-3 4-4 ਜ਼ਿਲ੍ਹਿਆਂ ਦੇ ਚਾਰਜ ਇਕੱਠੇ ਵੀ ਦੇ ਦਿੱਤੇ ਗਏ ਇੱਕ ਸਮੇਂ ਤੇ। ਪ੍ਰਮੋਸ਼ਨ ਨਹੀਂ ਕੀਤੇ ਜਾ ਰਹੇ ਕਦੇ ਵੀ, ਜਿਹੜਾ ਪ੍ਰਮੋਸ਼ਨ ਦੀ ਗੱਲ ਕਰਦਾ ਉਹਨੂੰ ਚਾਰ ਸ਼ੀਟਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਵੀ ਤੁਹਾਨੂੰ ਚਾਰ ਸ਼ੀਟ ਕਰਾ ਦਾਂਗੇ। ਤੇ ਹੁਣ ਤੁਹਾਡੇ ਕੋਲ ਕੀ ਰਾਹ ਜੀ? ਮੇਰੇ ਕੋਲ ਰਾਹ ਇਹ ਹੈਗਾ ਕਿ ਮੈਂ ਬਿਲਕੁਲ ਵੀ ਪਰਵਾਹ ਨਹੀਂ ਕਰਨ ਵਾਲਾ। ਮੈਂ ਸ਼ਹੀਦ ਮੇਜਰ ਹਰਪਾਲ ਸਿੰਘ ਦਾ ਮੁੰਡਾ ਹੈ, ਮੇਰੇ ਫਾਦਰ ਸਾਹਿਬ ਮੇਜਰ ਸੀਗੇ, ਉਹਨਾਂ ਨੇ ਕੁਰਬਾਨੀ ਦਿੱਤੀ ਹੈ ਇਸ ਦੇਸ਼ ਲਈ ਆਪਣੀ। ਮੈਂ 11 ਸਾਲ ਦਾ ਸੀਗਾ ਔਰ ਜਦੋਂ ਉਹਨਾਂ ਦਾ ਸਰੀਰ ਮੇਰੇ ਘਰ ਆਇਆ ਤਾਂ ਉਹਨਾਂ ਦੇ ਉੱਪਰ ਸਿਰ ਧੜ ਜਿਹੜਾ ਉਹ ਨਹੀਂ ਸੀ ਹੈਗਾ, ਕਿਉਂਕਿ M16 ਨਾਮ ਦਾ ਇੱਕ ਲੈਂਡ ਮਾਈਨ ਹੁੰਦਾ ਆ ਜਿਹਦੇ ਧਮਾਕੇ 'ਚੋਂ ਸ਼ਹੀਦ ਹੋ ਗਏ ਸੀਗੇ। ਤੋ ਮੈਂ ਅੱਜ 32 ਸਾਲ ਦਾ ਹਾਂ, ਜੇ ਮੈਂ 11 ਸਾਲ ਦੀ ਉਮਰ 'ਚ ਆਪਣੇ ਬਾਪ ਦੀ ਬਿਨਾਂ ਸਿਰ ਦੀ ਲਾਸ਼ ਦੇ ਕੋਲ ਬਹਿ ਸਕਦਾ ਹਾਂ ਤਾਂ ਮੈਨੂੰ ਲੱਗਦਾ 32 ਸਾਲ ਦੀ ਉਮਰ 'ਚ ਮੈਂ ਮੰਤਰੀ ਕੀ, ਸੈਕਟਰੀ ਕੀ, ਡਾਇਰੈਕਟਰ ਕੀ ਆ, ਮੈਂ ਆਟਾ ਫਿਰ ਲਾ ਸਕਦਾ ਹਾਂ। ਮੈਂ ਇਹਨਾਂ ਦੇ ਅੱਗੇ ਝੁਕਣ ਵਾਲਾ ਨਹੀਂ ਹੈਗਾ। ਇਹ ਸਸਪੈਂਸ਼ਨ ਛੱਡ ਕੇ ਕੱਲ੍ਹ ਨੂੰ ਡਿਸਮਿਸਲ ਵੱਲ ਨੂੰ ਤੁਰ ਪੈਣ, ਜੇ ਤਾਂ ਇਹਨਾਂ ਨੇ ਬਿਠਾ ਕੇ ਮਸਲੇ ਨੂੰ ਹੱਲ ਕਰਨਾ ਔਰ ਸਾਡਾ ਕੋਈ ਫੀਡਬੈਕ ਲੈਣਾ ਹੈ, ਪੰਜਾਬ ਦਾ ਕੋਈ ਭਲਾ ਕਰਨਾ ਹੈ ਤਾਂ ਕਰ ਲੈਣ, ਨਹੀਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਇਹਨਾਂ ਨੂੰ ਲੱਗਦਾ ਹੈ ਕਿ ਦੇਖੋ ਪ੍ਰੋਬਲਮ ਕੀ ਹੈ ਕਿ ਨੇਤਾ ਨੂੰ ਲੱਗਦਾ ਹੈ ਕਿ ਨੌਕਰੀਆਂ ਬਹੁਤ ਥੋੜੀਆਂ ਨੇ ਔਰ ਨੌਕਰੀਆਂ ਲੈਣ ਵਾਲੇ ਬਹੁਤ ਜ਼ਿਆਦਾ ਆ। ਤਾਂ ਜਦੋਂ ਨੌਕਰੀਆਂ ਲੈਣ ਵਾਲੇ ਜ਼ਿਆਦਾ ਹੁੰਦੇ ਆ, ਨੌਕਰੀਆਂ ਅਵੇਲੇਬਲ ਥੋੜੀਆਂ ਹੁੰਦੀਆਂ, ਫਿਰ ਨੌਕਰੀਆਂ ਦੇ ਲਈ ਨਾ ਭੁੱਖ ਬਹੁਤ ਹੁੰਦੀ ਹੈ, ਡੈਸਪਰੇਸ਼ਨ ਬਹੁਤ ਹੁੰਦੀ ਆ ਵੀ ਕਿਸੇ ਤਰੀਕੇ ਨਾਲ ਨੌਕਰੀ ਮਿਲ ਜਾਏ। ਇਹਨਾਂ ਨੂੰ ਲੱਗਦਾ ਹੈ ਵੀ ਅਸੀਂ ਸਸਪੈਂਡ ਕਰ ਦਾਂਗੇ, ਅਗਲਾ ਡਰ ਜੂਗਾ ਵੀ ਯਾਰ ਇੱਥੇ ਕਿਹੜੀਆਂ ਨੌਕਰੀਆਂ ਰੱਖੀਆਂ ਨੇ, ਮਾਂ ਮਾਂ ਤਾਂ ਮਿਲੀ ਹੈ ਮੈਨੂੰ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦਿੰਦਾ ਕਿ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਹੱਥ ਮੇਰੇ ਬਾਪ ਦਾ ਆ, ਮੇਰੇ ਬਾਪ ਦਾ ਹੱਥ ਹੈ ਮੇਰੇ ਸਿਰ ਦੇ ਉੱਤੇ, ਗੁਰੂ ਨਾਨਕ ਸਾਹਿਬ ਦਾ ਹੱਥ ਹੈ ਮੇਰੇ ਉੱਤੇ। ਮੈਨੂੰ ਇਹਨਾਂ ਦੇਹਧਾਰੀਆਂ ਦੇ ਹੱਥ ਦੀ ਲੋੜ ਨਹੀਂ ਹੈਗੀ ਆਪਣੇ ਉੱਤੇ ਵੀ ਇਹ ਮੇਰੇ ਉੱਤੇ ਹੱਥ ਰੱਖਣਗੇ ਜਾਂ ਇਹ ਮੇਰੇ 'ਤੇ ਕੋਈ ਜਿਹੜਾ ਤਰਸ ਕਰਨਗੇ। ਇਹ ਸਸਪੈਂਡ ਰੱਖਣਾ ਇਹਨਾਂ ਨੇ, ਰੱਖ ਛੱਡਣ। ਮੈਂ ਆਪਣੀਆਂ ਲੀਗਲ ਆਪਸ਼ਨ ਐਕਸਪਲੋਰ ਕਰ ਰਿਹਾ, ਓਬਵੀਅਸਲੀ ਜੋ ਮੇਰਾ ਅਧਿਕਾਰ ਆ ਮੈਂ ਉਹਨੂੰ ਐਕਸਪਲੋਰ ਕਰ ਰਿਹਾ। ਇਹਨਾਂ ਨੂੰ ਲੱਗਦਾ ਸੀਗਾ ਵੀ ਸਸਪੈਂਡ ਕਰਕੇ ਚੁੱਪ ਕਰਾ ਲੈਣਗੇ, ਬਟ ਨਹੀਂ, ਚੁੱਪ ਨਹੀਂ ਕਰਾ ਪਾਉਣਗੇ। ਇਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਨੇ ਕਾਂ ਮਾਰ ਕੇ ਟੰਗਿਆ ਆ, ਬਟ ਨਹੀਂ, ਇਹਨਾਂ ਨੇ ਸ਼ੇਰ ਦੀ ਪੂਛ ਤੇ ਪੈਰ ਰੱਖਤਾ ਸੋਚ। ਇਹੀ ਮੇਰਾ ਮੈਸੇਜ ਹੈ ਇਹਨਾਂ ਨੂੰ। ਬਿਲਕੁਲ, ਅਸੀਂ ਵੀ ਪੰਜਾਬੀਆਂ ਨੂੰ ਅਪੀਲ ਕਰਾਂਗੇ ਕਿ ਇਹੋ ਜਿਹੇ ਇਮਾਨਦਾਰ ਬੰਦੇ ਦਾ ਜਿਹੜਾ ਆਪਾਂ ਨੂੰ ਸਾਥ ਦੇਣਾ ਬਣਦਾ, ਕਿਉਂਕਿ ਜੇ ਇਹ ਵੀ ਚੁੱਪ ਚਪੀਤੇ ਸਾਰਾ ਕੁਝ ਹੁੰਦਾ ਦੇਖਦੇ ਰਹਿੰਦੇ ਤਾਂ ਮੈਨੂੰ ਲੱਗਦਾ ਕਿ ਇਹਨਾਂ ਲਈ ਵੀ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਸੀ ਹੋਣੀ। ਇਹ ਵੀ ਚਾਹੁੰਦੇ ਸੀ ਕਿ ਕਿਸੇ ਦਾ ਬੱਚਾ ਜਿਹੜਾ ਉਹ ਖਰਾਬ ਖਾਣਾ ਖਾ ਕੇ ਨਾ ਮਰ ਜੇ, ਕਿਸੇ ਦੇ ਘਰ ਦੇ ਵਿੱਚ ਕੋਈ ਮਿਸਹੈਪਨਿੰਗ। ਚਾਹੁੰਗਾ ਜੀ, ਮਾਫੀ ਚਾਹੁੰਦਾ ਮੈਂ ਤੁਹਾਨੂੰ ਵਿੱਚ ਟੋਕ ਰਿਹਾ। ਮੈਂ ਉਹਨਾਂ ਅਫਸਰਾਂ ਨੂੰ ਵੀ ਥੋੜ੍ਹਾ ਚਾਹੂੰਗਾ ਵੀ ਆਪਣੀ ਅਕਲ ਨੂੰ ਹੱਥ ਮਾਰੋ। ਜਿਹੜੇ ਤੁਸੀਂ ਚੰਡੀਗੜ੍ਹ ਬੈਠੇ ਜਿਹੜੇ ਬਿਗ ਵਿਗਸ ਨੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਚੁੱਕ ਕੇ ਰਿਪੋਰਟਾਂ ਭੇਜ ਦਿੰਦੇ ਆ ਵੀ ਸਾਡਾ ਰਾਸ਼ਨ ਬਹੁਤ ਵਧੀਆ, ਅਸੀਂ ਸਾਰਿਆਂ ਨੇ ਵੀਡੀਓਜ਼ ਦੇਖੀਆਂ ਨੇ ਪੰਜਾਬ ਦੇ ਹਰ ਜ਼ਿਲ੍ਹੇ 'ਚੋਂ ਵੀਡੀਓਜ਼ ਆ ਰਹੀਆਂ, ਔਰ ਇਹ ਤਾਂ ਉਹ ਵੀਡੀਓਜ਼ ਨੇ ਜਿਹੜੀਆਂ ਆਈਆਂ ਨੇ। ਕਈ ਜਗ੍ਹਾ 'ਤੇ ਤਾਂ ਵੀਡੀਓਜ਼ ਰਿਕਾਰਡ ਨਹੀਂ ਹੁੰਦੀਆਂ, ਕਈ ਜਗ੍ਹਾ 'ਤੇ ਤਾਂ CDPO ਦੇ ਵੱਲੋਂ ਜਾਂ ਸੁਪਰਵਾਈਜ਼ਰ ਦੇ ਵੱਲੋਂ ਕਹਿ ਦਿੱਤਾ ਜਾਂਦਾ ਵੀ ਚੁੱਪ ਕਰਕੇ ਇਹਨੂੰ ਇੱਧਰ ਉੱਧਰ ਦਫਨਾ, ਦੁਫਨੂ ਦੇ ਰਾਸ਼ਨ ਨੂੰ ਬਾਹਰ ਨਹੀਂ ਗੱਲ ਜਾਣੀ ਚਾਹੀਦੀ।
ਅੱਜ ਕਿਸੇ ਵੀ ਜਗ੍ਹਾ ਰਾਸ਼ਨ ਠੀਕ ਨਹੀਂ ਆ ਰਿਹਾ। ਠੀਕ ਹੈ ਜੇ 10 ਦੇ ਵਿੱਚੋਂ 4 ਬੋਰੀਆਂ ਚੰਗੀਆਂ, 5 ਨੇ ਤਾਂ 2 ਉਦਾਂ ਦੀਆਂ ਜਿਹਨਾਂ ਚੋਂ ਸਮੈਲ ਆ ਰਹੀ ਹੁੰਦੀ ਆ, 2 ਉਵੇਂ ਦੀਆਂ ਜਿਹਨਾਂ ਚੋਂ ਉੱਲੀ ਲੱਗੀ ਨਿਕਲਦੀ ਹੈ, ਜ਼ਹਿਰ ਨਿਕਲਦਾ, ਉੱਲੀ ਤਾਂ ਜ਼ਹਿਰ ਹੁੰਦੀ ਆ। ਸਾਇੰਸ ਪੜ੍ਹ ਕੇ ਦੇਖੋ 8ਵੀਂ 9ਵੀਂ ਕਲਾਸ ਦੀ, ਫੰਗਸ ਇਜ਼ ਅ ਪੋਇਜ਼ਨ। ਅਸੀਂ ਆਪਣੇ ਬੱਚਿਆਂ ਨੂੰ ਪੋਇਜ਼ਨ ਦੇ ਰਹੇ ਹਾਂ, ਜ਼ਹਿਰ ਦੇ ਰਹੇ, ਔਰ ਅਸੀਂ ਰਿਪੋਰਟਾਂ ਕੀ ਭੇਜ ਰਹੇ ਹਾਂ ਕਿ ਮੈਂ ਚੈਕਿੰਗ ਕੀਤੀ ਔਰ ਰਾਸ਼ਨ ਬਹੁਤ ਵਧੀਆ ਨਿਕਲਿਆ। ਹੋ ਸਕਦਾ ਜਿਹੜੇ ਸੈਂਟਰ ਦੀ ਤੁਸੀਂ ਚੈਕਿੰਗ ਕੀਤੀ ਉਹਦੇ 'ਚ ਰਾਸ਼ਨ ਵਧੀਆ ਨਿਕਲ ਆਇਆ ਹੋਵੇ ਕੁਦਰਤੀ ਤੌਰ 'ਤੇ, ਮੈਂ ਇਹ ਤਾਂ ਕਹਿ ਨਹੀਂ ਰਿਹਾ ਵੀ ਸਾਰਾ ਹੀ ਰਾਸ਼ਨ ਖਰਾਬ ਨਿਕਲਦਾ, ਬਟ ਬਹੁਤ ਰਾਸ਼ਨ ਵਿੱਚ ਖਰਾਬ ਜਿਹੜਾ ਐਡ ਕਰ ਦਿੱਤਾ ਜਾਂਦਾ ਆ। ਤੁਸੀਂ ਦੇਖੋ ਵੀ ਪੰਜਾਬ ਦੇ 150 ਦੇ ਕਰੀਬ ਬਲਾਕਾਂ ਦੇ ਵਿੱਚ ਜੇ 10-10% ਇਹ ਪੁਰਾਣੀਆਂ ਬੋਰੀਆਂ ਸ਼ਾਮਿਲ ਕਰ ਦੇਣਗੇ ਤਾਂ ਕਿੰਨਾ ਪੈਸਾ ਆਪਣਾ ਬਚਾ ਜਾਂਦੇ ਨੇ, ਕਿਊਮੂਲੇਟਿਵ ਉਹਦਾ ਇਫੈਕਟ ਦੇਖੋ ਕੀ ਹੈ। ਤੋ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਇੱਦਾਂ ਪਾਗਲ ਨਾ ਬਣੋ, ਇਹਨਾਂ ਨੂੰ ਓਕੇ ਰਿਪੋਰਟ ਕਿ ਜੀਪ ਦੇ ਟੇਸਟ ਤੇ ਅਸੀਂ ਕਿਵੇਂ ਰਿਪੋਰਟ ਭੇਜ ਸਕਦੇ ਹਾਂ ਕਿ ਰਾਸ਼ਨ ਬਹੁਤ ਵਧੀਆ ਆ, ਜਦਕਿ ਬੱਚਿਆਂ ਨੂੰ ਅਸੀਂ ਖੋਲਦੇ ਹਾਂ ਤਾਂ ਉਹਦੇ ਚੋਂ ਖਰਾਬ ਰਾਸ਼ਨ ਨਿਕਲ ਰਿਹਾ। ਵੀਡੀਓ ਸਭ ਦੇ ਸਾਹਮਣੇ ਆ, ਮੈਨੂੰ ਜ਼ਿਆਦਾ ਬੋਲਣ ਦੀ ਇਹਦੇ ਬਾਰੇ ਲੋੜ ਨਹੀਂ ਹੈਗੀ। ਅਫਸਰਾਂ ਨੂੰ ਮੈਂ ਅਪੀਲ ਕਰੂੰਗਾ, ਤੁਸੀਂ ਇੰਡੀਪੈਂਡੈਂਟ ਆਫੀਸਰ ਹੋ, ਪੜ੍ਹੇ ਲਿਖੇ ਹੋ, ਐਜੂਕੇਟਿਡ ਹੋ, ਤੁਸੀਂ ਕਿਸੇ ਨੂੰ ਖੁਸ਼ ਕਰਕੇ ਓਕੇ ਰਿਪੋਰਟ ਕਿਵੇਂ ਭੇਜ ਦਿੰਦੇ ਹਾਂ ਸਿੱਧਾ? ਤੁਹਾਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ ਹੈ, ਮੈਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ ਹੈ, ਮੇਰੇ ਕੋਲ ਪੈਕੇਟਸ ਨੇ, ਮੇਰੇ ਕੋਲ ਸਬੂਤ ਨੇ। ਬਿਲਕੁਲ, ਤੁਹਾਡੇ ਕੋਲ ਸਾਰੇ ਸਬੂਤ ਜਾਣੀ ਤੁਸੀਂ ਰੱਖੇ ਹੋਏ ਆ, ਤੁਹਾਡੇ ਕੋਲ ਉਹ ਖਾਣਾ ਜਿਹੜਾ ਖਰਾਬ ਖਾਣਾ ਉਹ ਸਬੂਤ ਦੇ ਤੌਰ ਤੇ ਤੁਸੀਂ ਰੱਖਿਆ ਹੋਇਆ ਆਪਣੇ ਕੋਲ, ਰੱਖਿਆ ਹੋਇਆ ਮੇਰੇ ਕੋਲ ਸਾਰੇ ਸਬੂਤ ਪਏ ਨੇ, ਮੇਰੇ ਕੋਲ ਵਰਕਰਸ ਦੀਆਂ ਸਟੇਟਮੈਂਟਸ ਨੇ, ਮੇਰੇ ਕੋਲ ਫੋਟੋਜ਼ ਨੇ, ਵੀਡੀਓਜ਼ ਨੇ, ਮੇਰੇ ਕੋਲ ਪ੍ਰੂਫ ਨੇ, ਮੇਰੇ ਕੋਲ ਸਭ ਕੁਝ ਆ। ਉੱਲੀ ਲੱਗੀ ਆ, ਅਸੀਂ ਕਮਰੇ 'ਚੋਂ ਪੈਕਟ ਜਦੋਂ ਖੁੱਲਿਆ ਸਮੈਲ ਇੰਨੀ ਆ ਰਹੀ ਸੀ ਕਿ ਜਾਂ ਉੱਥੇ ਪੈਕਟ ਰਹਿੰਦਾ ਤਾਂ ਜਾਂ ਉੱਥੇ ਮੈਂ ਬੈਠਦਾ। ਅੱਛਾ, ਤੇ ਫਿਰ ਜਿਹੜੇ ਸਸਪੈਂਡ ਕਰਨ ਵਾਲੇ ਆ ਉਹਨਾਂ ਕੋਲੇ ਸਬੂਤ ਤੁਹਾਡੇ ਕੋਲੇ ਆ, ਤੇ ਜਿਹੜੇ ਸਸਪੈਂਡ ਕਰਨ ਵਾਲੇ ਉਹਨਾਂ ਦੇ ਕੋਲੇ ਕੀ ਗਾਂਧੀ? ਉਹਨਾਂ ਦੇ ਕੋਲ ਨੈਚੁਰਲੀ ਹੋਏਗਾ ਹੀ ਕੁਝ ਨਾ ਕੁਝ, ਫਿਰ ਹੋਏਗਾ ਹੀ, ਫਿਰ ਮੈਂ ਤਾਂ ਇਹੀ ਬੋਲੂੰਗਾ, ਗਾਂਧੀ ਹੋਏਗਾ ਨਾ ਫਿਰ। ਜਦੋਂ ਏਦਾਂ ਦੇ ਸ਼ੱਕੀ ਕੰਮ ਕਰਨੇ ਫਿਰ ਸ਼ੱਕ ਤਾਂ ਪੈਦਾ ਹੋਣਾ ਹੀ ਹੈ ਇਹਨਾਂ ਤੇ। ਜੀ, ਤੁਸੀਂ ਹੋਰ ਵੀ ਕੁਝ ਦੱਸਣ ਲੱਗੇ ਸੀ? ਜੀ, ਮੈਂ ਇਹੀ ਗੱਲ ਕਰ ਰਿਹਾ ਸੀਗਾ, ਮੈਂ ਇਹ ਗੱਲ ਦੱਸਣ ਲੱਗਾ ਸੀਗਾ ਵੀ ਜਿਹੜੀ ਸਾਡੇ ਜਦੋਂ ਵਰਕਰਸ ਦੇ ਇੱਕ ਨੇ ਸਾਨੂੰ ਦੱਸਿਆ ਕਿ ਉਹਦੇ ਜਿਹੜੇ ਦਾਦੀ ਜਿਹੜੇ ਨੇ ਉਹ ਰਾਸ਼ਨ ਲੈਣ ਆਏ, ਔਰ ਉਹ ਰਾਸ਼ਨ ਪੈਕਟ ਰਾਸ਼ਨ ਦਾ ਲੈ ਗਏ ਘਰ, ਉਹਨਾਂ ਨੇ ਖੋਲਿਆ ਹੋਏਗਾ, ਖਰਾਬ ਨਿਕਲਿਆ ਰਾਸ਼ਨ, ਉਹ ਵਾਪਸ ਲੈ ਕੇ ਆ ਗਏ, ਕਹਿੰਦੇ ਤੁਸੀਂ ਮੇਰੇ ਪੋਤੇ ਨੂੰ, ਪੋਤੀ ਨੂੰ, ਜੋ ਵੀ ਉਹਨਾਂ ਦਾ ਬੱਚਾ ਸੀ, ਤੁਸੀਂ ਜਾਨ ਲੈਣੀ ਹੈ। ਉਹ ਵਰਕਰ ਰੋ ਕੇ ਗਈ ਹੈ ਮੇਰੇ ਕੋਲ ਆ ਕੇ। ਅੱਛਾ, ਤੁਸੀਂ ਆਂਗਨਵਾੜੀ ਵਰਕਰਾਂ ਦੇ ਹੱਥਾਂ ਰਾਹੀਂ ਜ਼ਹਿਰ ਦੇ ਰਹੇ ਆ ਪ੍ਰੈਗਨੈਂਟ ਔਰਤਾਂ ਨੂੰ, ਉਹਨਾਂ ਦੀਆਂ ਛਾਤੀਆਂ ਦੇ ਵਿੱਚ ਜ਼ਹਿਰ ਪਾ ਰਹੇ ਆ ਕਿ ਉਹ ਜ਼ਹਿਰ ਦੁੱਧ ਰਾਹੀਂ ਉਹਨਾਂ ਦੇ ਬੱਚਿਆਂ ਨੂੰ ਚਲਿਆ ਜਾਵੇ? ਇਹ ਤੁਹਾਡਾ ਯੋਗਦਾਨ ਆ ਤੁਹਾਡੇ ਮਹਿਕਮੇ ਦਾ? ਬਿਲਕੁਲ ਬਿਲਕੁਲ, ਬੱਚਿਆਂ ਦੇ ਪੇਟ 'ਚ ਜ਼ਹਿਰ ਪਾ ਰਹੇ ਆ ਤੁਸੀਂ। ਵੈਸੇ ਜੀ ਤੁਹਾਨੂੰ ਸਲਾਮ ਹੈ, ਤੁਸੀਂ ਇਹ ਚੀਜ਼ ਜਿਹੜੀ ਕੀਤੀ ਹੈ, ਕਿਉਂਕਿ ਇਹ ਸਿਰਫ ਅਗਲੀ ਜਨਰੇਸ਼ਨ ਦੀ ਵੀ ਦਾ ਮੁੱਦਾ ਹੈਗਾ ਔਰ ਬਹੁਤ ਸਾਰੀਆਂ ਜਾਨਾਂ ਦਾ ਮੁੱਦਾ। ਔਰ ਮੈਂ ਫਿਰ ਅਪੀਲ ਕਰਨੀ ਚਾਹੂੰਗਾ, ਵਿੱਚ ਰਹਿ ਗਈ ਸੀ, ਕਿ ਪੰਜਾਬੀ ਇਹੋ ਜਿਹੇ ਇਮਾਨਦਾਰ ਬੰਦੇ ਦੇ ਨਾਲ ਖੜਨ, ਕਿਉਂਕਿ ਇਹਨਾਂ ਦਾ ਆਪਣਾ ਮਸਲਾ ਨਹੀਂ, ਇਹਨਾਂ ਨੇ ਲੋਕਾਂ ਦੇ ਬੱਚਿਆਂ ਦੀ ਲੜਾਈ ਲੜੀ ਹੈ, ਲੋਕਾਂ ਦੇ ਪਰਿਵਾਰਾਂ ਦੀ ਲੜਾਈ ਲੜੀ ਹੈ। ਜੇ ਇੱਕ ਖਰਾਬ ਰਾਸ਼ਨ ਖਾ ਲੈਂਦੇ ਤਾਂ ਪਤਾ ਨਹੀਂ ਕਿਹਦਾ ਕਿਹਦਾ ਨੁਕਸਾਨ ਹੋਣਾ ਸੀ। ਔਰ ਕਾਲੀਆਂ ਭੇਡਾਂ ਨੂੰ ਫੜਨ ਦੇ ਵਿੱਚ ਵੀ ਪੰਜਾਬ ਦੇ ਲੋਕ ਸਹਿਯੋਗ ਦੇਣ, ਵਿਰੋਧੀ ਧਿਰਾਂ ਵੀ ਸਹਿਯੋਗ ਦੇਣ, ਵਿਰੋਧੀ ਧਿਰ ਦੇ ਲੀਡਰ ਵੀ ਇਸ ਇਮਾਨਦਾਰ ਅਫਸਰ ਦਾ ਸਾਥ ਦੇਣ ਔਰ ਉਹਨਾਂ ਨੂੰ ਕਾਲੀਆਂ ਭੇਡਾਂ ਨੂੰ ਫੜਾਉਣ ਦੇ ਵਿੱਚ ਵੀ ਜਿਹੜਾ ਉਹ ਯੋਗਦਾਨ ਵਰਤਣ। ਤੇ ਹੁਣ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਔਰ ਸਰਕਾਰ? ਦੇਖੋ, ਪਹਿਲੀ ਅਪੀਲ ਤਾਂ ਮੈਂ ਲੋਕਾਂ ਨੂੰ ਕਰਨੀ ਚਾਹੂੰਗਾ ਕਿ ਸਰਕਾਰ ਚੁਣਦੇ ਆ ਤੁਸੀਂ, ਔਰ ਸਰਕਾਰ ਚੁਣਨ ਤੋਂ ਬਾਅਦ ਤੁਹਾਡਾ ਕੰਮ ਖਤਮ ਨਹੀਂ ਹੋ ਜਾਂਦਾ ਕਿ ਤੁਸੀਂ 5 ਸਾਲ ਲਈ ਨੇਤਾ ਚੁਣ ਕੇ ਭੇਜਤਾ, ਹੁਣ ਸਾਡਾ ਕੰਮ ਖਤਮ। ਅਗਰ ਨੇਤਾ ਦੀ ਕਾਰਗੁਜ਼ਾਰੀ 1 ਸਾਲ ਬਾਅਦ ਹੀ ਵਿਗੜ ਜਾਂਦੀ ਆ ਤਾਂ ਬਾਕੀ ਦੇ 4 ਸਾਲ ਉਹਨੂੰ ਉਸ ਕੁਰਸੀ ਤੇ ਰਹਿਣ ਦਾ ਹੱਕ ਨਹੀਂ ਰਹਿ ਜਾਂਦਾ, ਉਹਦਾ ਮੋਰਲ ਰਾਈਟ ਖਤਮ ਹੋ ਜਾਂਦਾ ਆ। ਪਰਫਾਰਮੈਂਸ ਅਪਰੇਜ਼ਲ ਸਾਰੇ ਮਿਨਿਸਟਰ ਦੀ, ਸਾਰੇ ਕੈਬਨਿਟ, ਸਾਡੇ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੂੰ ਮੈਂ ਡਾਇਰੈਕਟਲੀ ਅਪੀਲ ਕਰੂੰਗਾ ਕਿ ਤੁਸੀਂ ਆਪਣੇ ਸਾਰੇ ਕੈਬਨਿਟ ਮਿਨਿਸਟਰ ਦਾ ਇੱਕ ਵਾਰ ਪਰਫਾਰਮੈਂਸ ਅਪਰੇਜ਼ਲ ਕਰੋ ਕਿ ਇਹਨਾਂ ਦੀ ਡਿਲੀਵਰੀ ਕੀ ਆ, ਕੀ ਡਿਲੀਵਰ ਕੀਤਾ ਇਹਨਾਂ ਨੇ ਅੱਜ ਤੱਕ, ਨਹੀਂ ਤਾਂ ਇਹਨਾਂ ਨੂੰ ਬਦਲੋ। ਤੁਹਾਡੇ ਕੋਲ ਆਪਸ਼ਨ ਆ, ਯੂ ਹੈਵ 92 MLAs ਯਾਰ, ਤੁਹਾਡੇ ਕੋਲ 92 ਦੀ ਆਪਸ਼ਨ ਆ, ਤੁਹਾਨੂੰ ਕੋਈ ਕਾਬਿਲ ਬੰਦੇ ਨਹੀਂ ਮਿਲ ਰਹੇ ਵਿੱਚੋਂ, ਜੇ ਨਹੀਂ ਕੰਮ ਕਰ ਰਹੇ ਚੇਂਜ ਕਰ ਦਿਓ ਇਹਨਾਂ ਨੂੰ ਤੁਸੀਂ। ਰਹੀ ਇਹ ਮੇਰੀ ਅਪੀਲ ਸਰਕਾਰ ਨੂੰ ਹੈ,
ਔਰ ਦੂਸਰੀ ਚੀਜ਼ ਮੈਂ ਇਹ ਵੀ ਚੀਜ਼ ਦੱਸ ਦੇਣੀ ਚਾਹੁੰਦਾ ਕਿ ਜੇ ਮੇਰਾ ਹੋਰ ਨੁਕਸਾਨ ਕਰਨਾ ਉਹ ਕਰ ਲਓ, ਕੋਈ ਚੱਕਰ ਨਹੀਂ ਹੈਗਾ। ਮੈਂ ਤੁਹਾਨੂੰ ਆਲਰੇਡੀ ਆਪਣਾ ਪਿਛੋਕੜ ਦੱਸ ਦਿੱਤਾ ਹੈ ਕਿ ਕਿਹੜੇ ਇਨਸਾਨ ਦੀਆਂ ਰਗਾਂ ਦਾ ਖੂਨ ਦੌੜਦਾ ਹੈ ਮੇਰੇ ਵਿੱਚ, ਇਸ ਲਈ ਡਰਨ ਵਾਲਾ ਵਰਕਾ ਨਹੀਂ ਹੈਗਾ। ਦੂਸਰੀ ਗੱਲ ਰਹੀ ਗੱਲ ਪੰਜਾਬ ਦੇ ਲੋਕਾਂ ਦੀ, ਜਦੋਂ ਵੀ ਤੁਹਾਨੂੰ ਰਾਸ਼ਨ ਵਾਲਾ ਦੇਖਦਾ ਮੌਕੇ ਤੇ ਚੈੱਕ ਕਰੋ, ਵਾਪਸ ਮੋੜ ਦਿਓ, ਔਰ ਉਸ ਆਂਗਨਵਾੜੀ ਵਰਕਰ ਨੂੰ ਸਿੰਪਲ ਸਵਾਲ ਕਰੋ ਵੀ ਆਪਣੇ ਬੱਚੇ ਨੂੰ ਬੁਲਾਓ, ਉਹਨੂੰ ਖਵਾ, ਫਿਰ ਦੇਖਦੇ, ਫਿਰ ਅਸੀਂ ਆਪਣੇ ਬੱਚਿਆਂ ਨੂੰ ਵੀ ਖਵਾਲ ਦਾਂਗੇ ਰਾਸ਼ਨ। ਜੇ ਵਰਕਰ ਖਵਾਲ ਦਿੰਦੀ ਹੈ ਫਿਰ ਤੁਸੀਂ ਵੀ ਖਵਾਲ, ਜੇ ਵਰਕਰ ਨਹੀਂ ਖਵਾਲ ਪਾਉਂਦੀ ਤਾਂ ਉਹਨੂੰ ਕੋਈ ਚੁੱਕ ਰਾਸ਼ਨ ਵਾਪਸ ਲੈ ਜਾਓ। ਜਦੋਂ ਤੁਸੀਂ ਰਿਸੀਵ ਨਹੀਂ ਕਰੋਗੇ ਤਾਂ ਅਲਟੀਮੇਟ ਬਹੁਤ ਸਾਰੇ ਲਾਭਪਾਤਰੀ ਵੀ ਰਾਸ਼ਨ ਆਪਣੇ ਕੋਲ ਰਿਸੀਵ ਕਰ ਲੈਂਦੇ, ਚਲੋ ਠੀਕ ਆ ਆ ਗਿਆ ਜੀ ਕੀ ਕਰਨਾ। ਮੈਂ ਕਹਿੰਦਾ ਜੇ ਚੰਗਾ ਆਉਂਦਾ ਉਹਨੂੰ ਰਿਸੀਵ ਕਰੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਬਟ ਜੇ ਮਾੜਾ ਰਾਸ਼ਨ ਆਉਂਦਾ ਤੁਰੰਤ ਮਨਾ ਕਰੋ, ਜਾਂ ਵਰਕਰ ਨੂੰ ਬੋਲੋ ਤੂੰ ਆਪਣੇ ਬੱਚੇ ਨੂੰ ਅੱਧਾ ਖਵਾ ਤਾਂ ਮੈਂ ਆਪਣੇ ਨੂੰ ਖਵਾ ਦਿੰਦੀ ਹਾਂ। ਜਾਂ ਤਾਂ ਫਿਰ ਮੰਤਰੀ ਮੈਮ, ਸੈਕਟਰੀ ਮੈਮ ਆਪਣੇ ਪੋਤੇ ਪੋਤੀਆਂ ਨੂੰ ਭੇਜ ਦੇਣ ਨਾ ਉੱਥੇ। ਮੈਂ ਤਾਂ ਕਹਿੰਦਾ ਮੇਰੇ ਭੇਜਣ ਰਹੀ ਆ ਬਲੋਕ 'ਚ ਭੇਜਣ, ਮੰਤਰੀ ਮੈਮ ਆਪਣੇ ਪੋਤੇ ਨੂੰ ਪੋਤੀ ਨੂੰ ਭੇਜਣ, ਠੀਕ ਆ ਰੱਬ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੇ। ਬਟ ਮੈਂ ਸੰਦਰਭ, ਇੱਕ ਸੰਦਰਭ ਦੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਕਿ ਮੈਂ ਕਿਸ ਸੰਦਰਭ 'ਚ ਗੱਲ ਕਰ ਰਿਹਾ। ਜੀ ਜੀ, ਕਿ ਆਪਣੇ ਪੋਤੇ ਪੋਤੀਆਂ ਨੂੰ ਭੇਜ ਦੇਣ ਮੇਰੇ ਬਲੋਕ, ਮੈਂ ਉੱਲੀ ਵਾਲਾ ਰਾਸ਼ਨ ਉਹਨਾਂ ਦੇ ਅੱਗੇ ਰੱਖ ਦਿੰਦਾ, ਉਹ ਖਾ ਕੇ ਦੱਸ ਦੇਣ। ਬਿਲਕੁਲ ਠੀਕ ਤੁਹਾਡੀ ਗੱਲ। ਇਹਨਾਂ ਨੇ ਤਾਂ ਬਹੁਤ ਮਾੜੀ ਹਰਕਤ ਕੀਤੀ ਹੈ ਸਸਪੈਂਸ਼ਨ ਕਰਕੇ। ਮੇਰੇ ਖਿਲਾਫ਼ ਕੋਈ ਕੰਪਲੇਂਟ ਨਹੀਂ ਹੈਗੀ, ਮੇਰੇ ਖਿਲਾਫ਼ ਕੋਈ ਮਿਸਬਿਹੇਵੀਅਰ ਦੀ ਕੰਪਲੇਂਟ ਨਹੀਂ ਹੈ, ਮੇਰੇ ਖਿਲਾਫ਼ ਕਿਸੇ ਤਰ੍ਹਾਂ ਦੇ ਮਿਸਕੰਡਕਟ ਦੀ ਕੰਪਲੇਂਟ ਨਹੀਂ ਹੈਗੀ। ਮੈਨੂੰ ਪਤਾ ਤੱਕ ਨਹੀਂ ਹੈ ਵੀ ਮੇਰੇ ਤੇ ਇਲਜ਼ਾਮ ਕੀ ਹੈ, ਪਰ ਮੈਨੂੰ ਤੁਸੀਂ ਦੋਸ਼ੀ ਠਹਿਰਾਈ ਬੈਠੇ। ਚਿੱਠੀਆਂ ਮੈਂ ਪਾ ਰਿਹਾ ਤੁਹਾਨੂੰ ਇੱਕ ਦਿਨ ਪਹਿਲਾਂ ਹੀ ਕਿ ਰਾਸ਼ਨ ਖਰਾਬ ਆ, ਫਰਮ ਮੈਨੂੰ ਫੋਨ ਕਰਕੇ ਮੇਰੇ ਤੇ ਰੋਕ ਪਾ ਰਹੀ ਹੈ ਕਿ ਤੁਸੀਂ ਸਾਡੀ ਕੰਪਲੇਂਟ ਕਰਤੀ ਹੈ। ਉਹ ਫਰਮ ਵਾਲਿਆਂ ਦਾ ਵੀ ਕਾਲ ਰਿਕਾਰਡ ਤੁਸੀਂ ਦੇ ਸਕਦੇ ਹੋ, ਕੋਈ ਰਿਕਾਰਡਿੰਗ ਵਗੈਰਾ ਜਾਂ ਕਾਲ ਰਿਕਾਰਡ ਤੁਹਾਡੇ ਕੋਲੇ ਹੋਊਗਾ ਹੀ? ਮੈਂ ਇੱਕ ਚੀਜ਼ ਦੱਸਦਾ, ਮੈਂ ਕਾਲ ਰਿਕਾਰਡਿੰਗ ਤਾਂ ਆਪਣੇ ਫੋਨ ਤੇ ਨਹੀਂ ਕਰਦਾ ਹੈਗਾ ਬਿਲਕੁਲ ਵੀ, ਕਿਉਂਕਿ ਕਿਸੇ ਦੀ ਕੰਸੈਂਟ ਤੋਂ ਬਿਨਾਂ ਕਾਲ ਰਿਕਾਰਡਿੰਗ ਕਰਨਾ ਵੈਸੇ ਹੀ ਕੋਈ ਐਡਮਿਸੀਬਲ ਐਵੀਡੈਂਸ ਨੋਰਮਲੀ ਨੋਰਮਲ ਹਾਲਾਤਾਂ 'ਚ ਨਹੀਂ ਮੰਨਿਆ ਜਾਂਦਾ। ਬਟ ਡਿਟੇਲ, ਯੈਸ ਡਿਟੇਲ ਮੇਰੇ ਕੋਲ ਕਾਲ ਡਿਟੇਲ ਹੈਗੀ ਹੈ, ਬਿਨਾਂ ਪੁਸ਼ਟੀ ਕੀਤੇ ਤਾਂ ਮੈਂ ਗੱਲ ਨਹੀਂ ਕਰੂੰਗਾ ਨਾ, ਓਬਵੀਅਸਲੀ ਮੇਰੇ ਕੋਲ ਕਾਲ ਡਿਟੇਲ ਹੈਗੀ ਹੈ। ਮੈਂ ਤਾਂ ਹੈਰਾਨ ਹੋ ਗਿਆ ਵੀ ਜਿਸ ਦਿਨ ਜਦੋਂ ਮੈਨੂੰ ਸਸਪੈਂਸ਼ਨ ਰਿਸੀਵ ਹੁੰਦੀ ਹੈ ਵਟਸਐਪ ਰਾਹੀਂ, ਮੇਰੇ ਤੁਰੰਤ ਦਿਮਾਗ 'ਚ ਆਇਆ ਕਿ ਮੈਨੂੰ ਉਸ ਕੰਪਨੀ ਦੇ ਇੱਕ ਰਿਪ੍ਰੈਜੈਂਟੇਟਿਵ ਨੇ ਫੋਨ ਕੀਤਾ ਸਿਰਫ 3 ਘੰਟੇ ਪਹਿਲਾਂ, 3-4 ਘੰਟੇ ਪਹਿਲਾਂ। ਅੱਛਾ, ਔਰ ਉਹ ਦੱਸ ਰਿਹਾ ਜੀ ਤੁਸੀਂ ਸਾਡੀ ਕੰਪਲੇਂਟ ਕਰਤੀ ਸਰ, ਸਾਨੂੰ ਕੰਪਲੇਂਟ ਨਹੀਂ ਸੀ ਕਰਨੀ ਚਾਹੀਦੀ, ਤੁਸੀਂ ਸਾਡੇ ਨਾਲ ਗੱਲ ਕਰ ਲੈਂਦੇ। ਮੈਂ ਕਿਹਾ ਕੋਈ ਨਹੀਂ ਹੋਣੀ, ਤੁਸੀਂ ਮੇਰੇ ਨਾਲ ਗੱਲ ਕਰ ਲਓ। ਮੈਂ ਕੰਪਲੇਂਟ ਨਾ ਕਰਦਾ, ਇਹਨਾਂ ਨੇ ਚੁੱਕਣਾ ਹੀ ਨਹੀਂ ਸੀ ਰਾਸ਼ਨ, ਹੁਣ ਵੀ ਇਹਨਾਂ ਨੇ ਹਾਲੇ ਤੱਕ ਨਹੀਂ ਚੁੱਕਿਆ ਹੈਗਾ, ਕਹਿੰਦੇ ਅਸੀਂ ਮੰਡੇ ਨੂੰ ਆਵਾਂਗੇ, ਹੁਣ ਵੀ ਨਹੀਂ ਚੁੱਕਿਆ, ਕੱਲ ਕਰਦੇ ਇਹਨਾਂ ਨੇ, ਹੁਣ ਵੀ ਦੇਣ ਲੰਘਾਏ ਨੇ, ਹਾਲੇ ਤੱਕ ਨਹੀਂ ਆਏ। ਇਹ ਤਾਂ ਸਾਫ਼ ਹੈ ਕਿ ਇਹਨਾਂ ਕਾਲੀਆਂ ਪਿੰਡਾਂ ਦੇ ਨਾਲ ਫਿਰ ਮੰਤਰੀ ਦੀ ਵੀ ਜਿਹੜੀ ਹੈ ਉਹ ਰਲੀ ਮਿਲੀ ਭੁਗਤ ਹੋ ਸਕਦੀ ਹੈ, ਤੇ ਜੇ ਨਹੀਂ ਰਲੀ ਮਿਲੀ ਭੁਗਤ ਹੈਗੀ ਮੰਤਰੀ ਦੀ ਤਾਂ ਉਹਨਾਂ ਸਾਰੇ ਇਹ ਕਾਲੀਆਂ ਭੇਡਾਂ ਦੇ ਉੱਪਰ ਮੰਤਰੀ ਸਾਹਿਬ ਕਾਰਵਾਈ ਕਰਕੇ ਦਿਖਾਉਣ, ਫਿਰ ਮੰਨਿਆ ਜਾਊਗਾ ਕਿ ਨਹੀਂ ਇਹਨਾਂ ਦੀ ਕੋਈ ਰਲੀ ਮਿਲੀ ਭੁਗਤ। ਜੇ ਨਹੀਂ ਕਾਰਵਾਈ ਕਰਦੇ ਤਾਂ ਫਿਰ ਰਲੀ ਮਿਲੀ ਭੁਗਤ ਜਿਹੜੀ ਆ ਮੰਨੀ ਜਾਊਗੀ। ਔਰ ਮੰਤਰੀ ਨੂੰ ਕਲੀਨ ਚਿੱਟ ਬਿਲਕੁਲ ਵੀ ਨਹੀਂ ਦਿੰਦਾ, ਮੈਂ ਮੰਤਰੀ ਨੂੰ ਕਲੀਨ ਚਿੱਟ ਬਿਲਕੁਲ ਵੀ ਨਹੀਂ ਦਿੰਦਾ, ਇੱਦਾਂ ਦੇ ਮਿਨਿਸਟਰ ਨੂੰ ਕਲੀਨ ਚਿੱਟ ਦੇਣੀ ਵੀ ਨਹੀਂ ਚਾਹੀਦੀ। ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਉੱਤੇ ਵਾਲੇ ਦੀ ਤਾਂ ਇਨਵੈਸਟੀਗੇਸ਼ਨ ਕਰੋ, ਥੱਲੇ ਵਾਲਿਆਂ ਨੂੰ ਤਾਂ ਤੁਸੀਂ ਮਿੰਟ ਮਿੰਟ ਤੇ ਸਸਪੈਂਡ ਕਰਨ ਤੁਰ ਪੈਂਦੇ ਆ ਬਿਨਾਂ ਕਿਸੇ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ। ਬਿਲਕੁਲ, ਸੋ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ, ਔਰ ਸਿਰਫ ਚੰਡੀਗੜ੍ਹ ਬੈਠੇ ਅਫਸਰਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਕਿਉਂਕਿ ਟੈਂਡਰਿੰਗ ਦੇ ਵਿੱਚ ਉਹ ਲੋਕ ਸ਼ਾਮਿਲ ਨੇ, ਅਸੀਂ ਤਾਂ ਸਿਰਫ ਰਿਸੀਵ ਕਰਦੇ ਹਾਂ ਨਾ ਰਾਸ਼ਨ, ਤੇ ਜੇ ਅਸੀਂ ਰਿਸੀਵ ਕਰਕੇ ਸਟੈਂਡ ਲੈ ਲਈਏ ਵੀ ਰਾਸ਼ਨ ਵਾਲਾ, ਫਿਰ ਹਾਲਤ ਦੇਖ ਲਓ ਕੀ ਕਰਦੇ ਨੇ ਸਾਡੇ। ਚਲੋ ਬਿਕਰਮ ਜੀ, ਅਸੀਂ ਤੁਹਾਡਾ ਮਸਲਾ ਜਿਹੜਾ ਹੋਰ ਜ਼ੋਰ ਸ਼ੋਰ ਦੇ ਨਾਲ ਚੁੱਕਣ ਦੀ ਕੋਸ਼ਿਸ਼ ਕਰਾਂਗੇ, ਔਰ ਤੁਹਾਡੇ ਨਾਲ ਅਸੀਂ ਜਿਹੜਾ ਇਸ ਅਕਸਾਤੀ ਲੜਾਈ ਦੇ ਵਿੱਚ ਜਿਹੜਾ ਸਾਡਾ ਚੈਨਲ ਵੀ, ਅਸੀਂ ਵੀ ਜਿਹੜੇ ਉਹ ਖੜੇ ਰਹਾਂਗੇ, ਤਾਂ ਤੁਸੀਂ ਆਪਣਾ ਜਿਹੜਾ ਪੱਖ ਰੱਖਿਆ ਔਰ ਸਾਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਸਰਦਾਰ ਬਿਕਰਮਜੀਤ ਸਿੰਘ ਜਿਹੜੇ ਕਿ ਸਸਪੈਂਡਡ CDPO ਨੇ, ਔਰ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਦੱਸੀ ਹੈ ਕਿ ਉਹਨਾਂ ਦੇ ਕੋਲ ਖਾਣੇ ਦੇ ਸਾਰੇ ਸਬੂਤ ਹੈਗੇ ਆ ਕਿ ਖਰਾਬ ਖਾਣਾ,
ਤੇ ਮੈਂ ਸਿਰਫ ਇਹੀ ਗੱਲ ਦੱਸੀ ਹੈ ਕਿ ਭਾਈ ਖਾਣਾ ਖਰਾਬ ਹੈ ਔਰ ਕਾਰਵਾਈ ਕਰਨ ਦੀ ਬਜਾਏ ਜਿਹੜੇ ਲੋਕ ਉੱਥੇ ਖਰਾਬ ਖਾਣਾ ਭੇਜ ਰਹੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਲਟਾ ਮੈਨੂੰ ਹੀ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਤੁਸੀਂ ਖੁਦ ਵੀ ਜਿਹੜਾ ਫੈਸਲਾ ਕਰੋ ਕਿ ਇਹ ਕੀ ਕੁਝ ਚੱਲ ਰਿਹਾ ਔਰ ਇਸ ਮਸਲੇ ਨੂੰ ਅਸੀਂ ਜਿਹੜਾ ਪੂਰਾ ਅਪਡੇਟ ਕਰਨ ਦੀ ਜਿਹੜੀ ਆ ਕੋਸ਼ਿਸ਼ ਤੁਹਾਡੇ ਤੱਕ ਕਰਦੇ ਰਹਾਂਗੇ ਔਰ ਇਹ ਹੱਕ ਸੱਚ ਤੱਕ ਵੀ ਅਸੀਂ ਜਿਹੜੀ ਆ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਰੋਕਣਾ ਟੀਵੀ ਦੇ ਨਾਲ।